ਵੱਡੇ ਬਿਊਰੋਕ੍ਰੇਟਸ ਹੁੰਦੇ ਸੀ ਬਹੁਤ ਵੱਡਾ ਨਾਮ ਹੈ ਤੁਹਾਡਾ ਤੁਸੀਂ ਜਦੋਂ ਇਹਨਾਂ ਲੋਕਾਂ ਨੂੰ ਸਲਾਹਾਂ ਦਿੰਦੇ ਸੀ ਕੋਈ ਉਹ ਸਲਾਹ ਸੁਣਦੇ ਸੀ ਲੀਡਰ ਤੇ ਡਿਪੈਂਡ ਕਰਦਾ ਗਿਆਨੀ ਜੀ ਨਾਲ ਕੰਮ ਕਰਨਾ ਬੜਾ ਸੌਖਾ ਸੀ 인ਦਰਾ ਗਾਂਧੀ ਵੀ ਮਾਰਨਿੰਗ ਚ ਕਥਿਆਮ ਹੋਇਆ ਉਹਦੋਂ ਵੀ ਸਵੇਰੇ ਬੰਦਿਆਂ ਨੂੰ ਮਿਲਣ ਜਾ ਰਹੇ ਸੀ ਤੁਸੀਂ ਵਾਜਪਾਈ ਸਾਹਿਬ ਬੜੇ ਘੱਟ ਬੋਲਦੇ ਸੀ ਲੇਕਿਨ ਸੁਣਦੇ ਬੜੀ ਸੀ ਹੁਣ ਵਾਲੇ ਸੁਣਦੇ ਘੱਟ ਹਨ ਮਨਮੋਹਨ ਸਿੰਘ ਨਾਲ ਮੇਰਾ ਬੜਾ ਘੱਟ ਪਰਸਨਲ ਤਾਲੁਕਾਤ ਰਿਹਾ ਹੈ ਮੁੱਦਿਆਂ ਤੇ ਉਹ ਆੜ ਜਾਂਦੇ ਸੀ ਪਰ ਮੋਦੀ ਸਾਹਿਬ ਦਾ ਇਹ ਹੈ ਕਿ ਦਰ ਬੈਠਿਆ ਹੋਇਆ ਲੋਕਾਂ ਦੇ ਮਨ ਚ ਕਾਈਆਂ ਮਨ ਕੀ ਬਾਤ ਕਰਦੇ ਹੋ ਹਾਂ ਬਿਲਕੁਲ ਉਹਨਾਂ ਦੀ ਮਨ ਦੀ ਬਾਤ ਉਹੀ ਜਾਣਨ ਤਾਂ ਕੈਪਟਨ ਰਣ ਸਿੰਘ ਤੇ ਬਾਦਲ ਦੇ ਹੱਥਾਂ ਦੇ ਵਿੱਚ ਪੰਜਾਬ ਸੁਰੱਖਿਤ ਮੰਨਦੇ ਹੋ ਤੁਸੀਂ ਮੇਰੀ ਪ੍ਰੋਬਲਮ ਸੁਖਵੀਰ ਬਾਦਲ ਨਾਲ ਇਹ ਹੈ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਜਿਹੜਾ ਹੁਕਮਰਾਨ ਹੈ ਉਹ ਆਪਣੇ ਬਿਜ਼ਨਸਾਂ ਵੀ ਕਰੇ ਕੈਪਟਨ ਸਾਹ ਦਾ ਹੁਣੇ ਹੈ ਕੋਈ ਨਏ ਇਨਾਂ ਕੋਲ ਚੀਜ਼ ਨਹੀਂ ਹੈ ਨਾ ਜੋ એનર્ਜੀ ਨਹੀਂ ਜਿਹੜੀ ਪਹਿਲਾਂ ਸੀ ਇੱਕ ਟਾਈਮ ਹੁੰਦਾ ਥੋੜਾ ਜਿਹਾ ਨਿਕਲ ਜਾਂਦਾ ਤੁਸੀਂ ਉਹਦੇ ਬਾਅਦ ਨਹੀਂ ਫਿਰ ਕੇਜਰੀ ਵਾਲ ਤਾਂ ਉਹੀ ਹੈ ਜੇ ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਹੈ ਤਾਂ ਆਪ ਪਾਰਟੀ ਦਾ ਵੀ ਦਿੱਲੀ ਹੈ ਤੋ ਇਸ ਕਰਕੇ ਇਹ ਤਿੰਨਾਂ ਦੀ ਜਗ੍ਹਾ ਪੰਜਾਬ ਦੇ ਵਿੱਚ ਐਸੇ ਐਸਪਲੇ ਲੋੜ ਹੈ ਇੱਕ ਤਕੜੀ ਰੀਜਨਲ ਪਾਰਟੀ ਦੀ ਜਾਸਤੀ ਵੀ ਦੇਖਦੇ ਤੁਸੀਂ ਮੈਂ ਕੇਪੀ ਸਿੰਘ 뷰 ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਦੇਸ਼ ਦੀ ਸੱਤਾ ਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਹੈ ਕੀ ਬਦਲਾ ਹੋਣਾ ਚਾਹੀਦਾ ਹੈ ਲਗਾਤਾਰ ਚਰਚਾਾਂ ਹੋ ਰਹੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬਹੁਤ ਮੋਰਚੇ ਖੁੱਲੇ ਜਾ ਰਹੇ ਆ ਇਹ ਸਭ ਦੇ ਵਿਚਾਲੇ ਕਿਸਾਨ ਸੰਘਰਸ਼ ਚੱਲਦਾ ਪਿਆ ਤੇ ਕਿਸਾਨ ਸੰਘਰਸ਼ ਦੇ ਨਾਲ ਨਾਲ ਜਿਹੜੀਆਂ ਵਿਰੋਧੀ ਧਿਰਾਂ ਉਹ ਲਗਾਤਾਰ ਕਦਮ ਪਟ ਰਹੀਆਂ ਸ਼ਰਧ ਪਵਾਰ ਹਰੀ ਇੱਕ ਵੱਖਰੀ ਤਰ੍ਹਾਂ ਦਾ ਪ੍ਰੈਸ਼ਰ ਗਰੁੱਪ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਇਆ ਹੈ ਬਹੁਤ ਸਾਰੀਆਂ ਚਰਚਾਵਾਂ ਮੁਲਕ ਵਿੱਚ ਚਲਦੀਆਂ ਪਈਆਂ ਤੇ ਇਹਨਾਂ ਚਰਚਾਵਾਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ ਜਿਹੜੇ ਕਿ ਫਾਰਮਰ ਐਮਬੈਸਡਰ ਨੇ ਤੇ ਅ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹਰਣਾ ਨਾਲ ਉਹ ਕੰਮ ਕਰ ਚੁੱਕੇ ਹੈ ਅ ਅਟਲ ਬਿਹਾਰੀ ਵਾਜਪਾਈ ਹਰਣਾ ਨਾਲ ਕੰਮ ਕਰ ਚੁੱਕੇ ਹੈ ਅ अनेका ਮੈਂ ਚਿਹਰੇ ਗਿਨਾ ਸਕਦਾ ਜਿਨ੍ਹਾਂ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ ਤੇ ਬਹੁਤ ਹੀ ਲੰਬਾ ਤਯਰਬਾ ਰੱਖਦੇ ਆ ਅਖਬਾਰਾਂ ਵਿੱਚ ਅਕਸਰ ਤੁਸੀਂ ਉਹਨਾਂ ਦੇ ਆਰਟੀਕਲਸ ਪੜ੍ਹਦੇ ਹੋ ਤੇ ਓ ਟੀ ਵੀ ਤੇ ਬੜਾ ਬੇਵਾਕੀ ਨਾਲ ਬੋਲਦੇ ਆ ਕਹਿੰਦੇ ਮੈਂ ਦੱਬਣ ਵਾਲਾ ਨਹੀਂ ਹੈਗਾ ਕੇਸ ਸਿੰਘ ਜੀ ਬਹੁਤ ਸਵਾਗਤ ਹੈ ਤੁਹਾਡਾ ਅੱਜ ਕੱਲ ਬਹੁਤ ਬਹੁਤ ਖੁਸ਼ੀ ਕੇਸ ਸਿੰਘ ਜੀ ਮੈਂ ਸਿੱਧਾ ਸਵਾਲਾਂ ਤੇ ਆ ਰਿਹਾ ਵੈਸੇ ਤਾਂ ਮੈਂ ਤੁਹਾਡੇ ਬਾਰੇ ਬਹੁਤ ਕੁਝ ਜਾਨਣਾ ਚਾਹੁੰਨਾ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਨਾ ਚਾਹੁੰਨਾ ਪਰ ਮੈਂ ਮੌਜੂਦਾ ਪੋਲਿਟਿਕਸ ਤੇ ਆ ਰਿਹਾ ਜਿਹੜਾ ਇੱਕ ਮੰਚ ਤਿਆਰ ਕੀਤਾ ਜਾ ਰਿਹਾ ਸ਼ਰਧ ਪੁਵਾਰ ਜੀ ਵੱਲੋਂ ਤੁਸੀਂ ਬੜਾ ਉਹਨਾਂ ਦੇ ਟੱਚ ਵਿੱਚ ਹੋ ਤੁਸੀਂ ਵੱਡੇ ਵੱਡੇ ਚਿਹਰਿਆਂ ਦੇ ਟੱਚ ਵਿੱਚ ਹੋ ਕੀ ਮੋਟਿਵ ਕੀ ਹੈ ਤੁਹਾ ਦੇਖੋ ਇਹ ਰਾਸ਼ਟ੍ਰ ਮੰਚ ਸ਼ਰਦ ਪਵਾਰ ਜੀ ਨੇ ਨਹੀਂ ਬਣਾਇਆ ਇਹ ਗੱਲ ਹੈਗੀ ਹੈ 2018 ਦੀ 2019 ਦੀ ਇਲੈਕਸ਼ਨ ਤੋਂ ਪਹਿਲਾਂ ਮੈਂ ਤੇ ਮਨੀਸ਼ ਤੇਵਾੜੀ ਜੀ ਨੂੰ ਜਾਣਦਾ ਹਾਂ ਪੁਰਾਣੇ ਮਿੱਤਰ ਨੇ ਗੱਲ ਕਰ ਰਹੇ ਸੀਗੇ ਕਿ ਕੋਈ ਐਸਾ ਮੰਚ ਹੋਣਾ ਚਾਹੀਦਾ ਜਿੱਥੇ ਆਪੋਜੀਸ਼ਨ ਇਕੱਠੀ ਹੋ ਜੇ 2019 ਦੀ ਇਲੈਕਸ਼ਨ ਤੋਂ ਪਹਿਲਾਂ ਨਹੀਂ ਲੱਗ ਰਿਹਾ ਸੀ ਨਤੀਜਾ ਉਹੀ ਹੋਏਗਾ ਬੀਜੇਪੀ ਦੁਬਾਰਾ ਆ ਜਾਏਗੀ ਅਸੀਂ ਫਿਰ ਸਲਾਹ ਬਣਾਈ ਕਿ ਚਲੋ ਸ਼ਵੰਨ ਸਿੰਘ ਜੀ ਨਾਲ ਗੱਲ ਕਰਦੇ ਹਾਂ ਮੇਰੇ ਵੀ ਮੰਤਰੀ ਰਹੇ ਸੀ ਉਹਨਾਂ ਦੀ ਵੀ ਮਿੱਤਰਤਾ ਹੈਗੀ ਉਹਨਾਂ ਨਾਲ ਸੋ so 2018 ਚ ਉਹਨਾਂ ਕੋਲ ਗਏ ਅਸੀਂ ਬੈਠ ਕੇ ਗੱਲ ਕੀਤੀ ਕਿ ਤੁਸੀਂ ਹੁਣ ਇੱਕ ਤਰ੍ਹਾਂ ਨਾਲ ਰਿਟਾਇਰ ਹੋ ਗਏ ਹੋ ਲੇਕਿਨ ਇਹ ਚੀਜ਼ ਬਣਦੀ ਹੈ ਕਿ ਐਜ਼ ਅ ਸੀਨੀਅਰ ਸਟੇਟਸਮੈਨ ਕੋ ਇਹ ਹੈ ਜੇ ਮંચ ਬਣਾਇਆ ਜਾਏ ਜਿੱਥੇ ਕਮ ਸੇ ਕਮ ਆਪੋਜੀਸ਼ਨ ਇਕੱਠੀ ਹੋ ਜਾਏ ਆਪੋਜੀਸ਼ਨ ਇਕੱਠੀ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦੇ ਵਿਰੋਧ 'ਚ ਹੈ ਆਪੋਜੀਸ਼ਨ ਨੇ ਤਾਂ ਵਿਰੋਧ ਕਰਨਾ ਹੀ ਕਰਨਾ ਹੈ ਲੇਕਿਨ ਕੋਈ ਵੀ ਡੈਮੋਕ੍ਰੇਸੀ ਬਿਨਾ ਆਪੋਜੀਸ਼ਨ ਦੇ ਨਹੀਂ ਚੱਲ ਸਕਦੀ ਜੇ ਇਹ ਕਹੀ ਕਿ ਕੱਲੀ ਸਰਕਾਰ ਹੀ ਹੋਵੇ ਤੇ ਆਪੋਜੀਸ਼ਨ ਜਿਵੇਂ ਕਹਿੰਦੇ ਸੀ ਕਾਂਗਰਸ ਮੁਕਤ ਭਾਰਤ ਇਹ ਪੋਲਿਟਿਕਸ ਨਹੀਂ ਹੈ ਇਹ ਸਿਆਸਤ ਨਹੀਂ ਹੈ ਮੈਂ ਸਵਾਲ ਕਰ ਰਿਹਾ ਹਾਂ ਜੀ ਡੈਮੋਕਰੇਸੀ ਮਜ਼ਬੂਤ ਕਰਨੀ ਹੈ ਜਾਂ ਮਿਸਟਰ ਮੋਦੀ ਨੂੰ ਡੇਗਣਾ ਅ ਮਿਸਟਰ ਮੋਦੀ ਨੂੰ ਨਾ ਤਾਂ ਤੁਸੀਂ ਅੱਜ ਦੇਖ ਸਕਦੇ ਹੋ ਉਹ ਤਾਂ ਲੋਕਾਂ ਦਾ ਫੈਸਲਾ ਹੈ ਲੇਕਿਨ ਲੋਕਾਂ ਦੇ ਅੱਗੇ ਇਹ ਜਾ ਕੇ ਦੱਸਣਾ ਕਿ ਸਾਡੇ ਮੁੱਦੇ ਇਹ ਨੇ ਮੋਦੀ ਜੀ ਦੇ ਮੁੱਦੇ ਇਹ ਨੇ ਅਸੀਂ ਚਾਹੁੰਦੇ ਹਾਂ ਦੇਸ਼ ਨੂੰ ਇੰਜ ਚਲਾਣਾ ਉਹ ਚਲਾ ਰਹੇ ਨੇ ਇੰਜ ਫਿਰ ਉਹ ਫੈਸਲਾ ਕਰਨ ਜੇ ਉਹਦੇ ਬਾਅਦ ਮੋਦੀ ਜੀ ਗਿਰਦੇ ਨੇ ਉਹ ਡੈਮੋਕਰੇਸੀ ਦਾ ਉਸੂਲ ਹੈ ਅਨੇ ਸ਼ਰਧਪਾਰਾਂ ਦਾ ਜ਼ਿਕਰ ਹੁੰਦਾ ਤੇ ਸ਼ਰਧਪਾਰ ਹਰਾਂ ਦਾ ਚਿਹਰਾ ਉਸ ਲੈਵਲ ਤੇ ਲ ਜਾ ਕੇ ਲਿਆ ਜਾਂਦਾ ਕਿ ਖੇਤੀ ਬੜੀ ਮੰਤਰੀ ਰਹੀ ਆ ਉਹ ਉਹਨਾਂ ਨੂੰ ਖੇਤੀ ਬੜੀ ਬੜੀ ਸਮਝ ਆ ਤੁਸੀਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਹੋ ਅੱਜ ਵੀ ਕਰਦੇ ਹੋਗੇ ਮੈਨੂੰ ਲੱਗਦਾ ਹਾਂਜੀ ਤੇ ਸ਼ਰਧਪਾਰ ਹਰੀ ਤਾਂ ਉਹਨਾਂ ਦੇ ਐਂਟੀ ਬਿਆਨ ਦੇ ਰਿਹਾ ਤੇ ਉਹਦਾ ਸਵਾਗਤ ਸਰਕਾਰ ਕਰਦੀ ਪਈ ਆ ਉਦੋਂ ਕੇਸੀ ਸਿੰਘਰਾ ਦਾ ਵਿਚਾਰ ਬਦਲ ਜਾਊਗਾ ਸ਼ਰਧਪਾਰ ਹਰਾਂ ਦਾ ਦੇਖੋ ਇਹ ਹੋਇਆ ਕੀ ਕਿ ਵਿਸ਼ਵਨਤ ਸਿਨਾ ਜੀ ਨੇ TMC ਤ੍ਰినਮੂਲ ਕਾਂਗਰਸ ਮਮਤਾ ਜੀ ਦੀ ਜੁਆਇਨ ਕਰ ਲਈ ਜਦ ਇਹ ਤੈ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਤਾਂ ਛੱਡ ਗਏ ਸੀ ਪੋਲਿਟਿਕਸ ਕਿਉਂ ਵਾਪਸ ਆਏ ਪੋਲਿਟਿਕਸ ਉਹ ਕਹਿੰਦੇ ਜਿਹੜੀ ਵੈਸਟ ਬੰਗਾਲ ਦੀ ਲੜਾਈ ਹੈ ਇਸ 'ਚ ਤੈ ਹੋਏਗਾ ਕਿਸ ਤਰ੍ਹਾਂ ਦਾ ਹਿੰਦੁਸਤਾਨ ਬਣਨਾ ਹੈ ਇਹ ਜਿਹੜਾ ਕਹਿੰਦੇ ਇੱਕ ਕਲੈਕਸ਼ਨ ਇੱਕੋ ਹੀ ਤਰੀਕਾ ਇੱਕੋ ਹੀ ਮਾਡਲ ਇਹ ਰਹੇਗਾ ਜਾਂ ਅਲੱਗ-ਅਲੱਗ ਸਟੇਟਾਂ ਸੂਬੇ ਰਹਿਣਗੇ ਜਿਹਦੇ ਵਿੱਚ ਫੈਡਰਲਿਜ਼ਮ ਹੋਵੇ ਅਸੀਂ ਉਵੇਂ ਚੱਲਦੇ ਰਹੀਏ ਜਿਵੇਂ ਕਿ ਸੰਵਿਧਾਨ ਜਦ ਬਣਿਆ ਸੀ ਉਸ ਬੰਦਿਆਂ ਨੇ ਜਿਨੇ ਸੰਵਿਧਾਨ ਬਣਾਇਆ ਸੋਚਿਆ ਸੀ ਹਿੰਦੁਸਤਾਨ ਹੋਣਾ ਚਾਹੀਦਾ ਉਹਨਾਂ ਦਾ ਸੁਪਨਾ ਤਾਂ ਹਿੰਦੂਸਤਾਨ ਹੋਣਾ ਚਾਹੀਦਾ ਇਹ ਇੱਕ ਨਵਾਂ ਤਰ੍ਹਾਂ ਦਾ ਹਿੰਦੁਸਤਾਨ ਇਹਨਾਂ ਨੇ ਤ੍ਰਿਨਮੂਲ ਜੁਆਇਨ ਕਰ ਲਈ ਜਾ ਕੇ ਹਾਲਾਂਕਿ ਰਿਸਕ ਲਿਆ ਜੇ ਸੁਪੋਜ਼ਿੰਗ ਉੱਥੇ ਭਾਜਪਾ ਜਿੱਤ ਜਾਂਦੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਆਂਦੀ ਸੈਂਟਰ ਦੀ ਸਰਕਾਰ ਨੇ ਇੱਕਦਮ ਸਖਤਾਈ ਕਰਕੇ ਸਾਰੇ ਕਿਸਾਨ ਖਸੂਨ ਇਹਨਾਂ ਨੂੰ ਚੱਕ ਦੇਣਾ ਸੀ ਉੱਥੋਂ ਇਹਨਾਂ ਦੇ ਮੋਰਚਿਆਂ ਨੂੰ ਇਹਨਾਂ ਨੇ ਕਿਹਾ ਦੇਖੋ ਸਾਡੇ ਨਾਲ ਵੈਸਟ ਬੰਗਾਲ ਲੋਕ ਸਾਡੇ ਨਾਲ ਹੈ ਤੁਸੀਂ ਐਵੇਂ ਆ ਰੌਲਾ ਪਾਇਆ ਹੋਇਆ ਇੱਕ ਤੋਂ ਸਟੇਟਾਂ ਦਾ ਰੌਲਾ ਹੈ ਲੇਕਿਨ ਉੱਥੋਂ ਦੀ ਹਾਰ ਦਾ ਨਤੀਜਾ ਇਹ ਹੋਇਆ ਕਿ ਇਕਦਾ ਮੋੜ ਆ ਗਿਆ ਕਿਉਂਕਿ ਹੁਣ ਫੋਕਸ ਦੁਬਾਰਾ ਨਿਸ਼ਾਨ ਲੋਕਾਂ ਦੀ ਦੁਬਾਰਾ ਜਿਹੜਾ ਧਿਆਨ ਸੀ ਉਹ ਕਿਸਾਨਾਂ ਤੇ ਆ ਗਿਆ ਔਰ ਇਹ ਕੁਦਰਤੀ ਗੱਲ ਹੈ ਕਿ ਜਿਹੜੇ ਕਿਸਾਨ ਨੇ ਉਹ ਪੰਜਾਬ ਹਰਿਆਣਾ ਤੇ ਯੂਪ ਦੇ ਨੇ ਜਿਹੜੇ ਦਿੱਲੀ ਦੇ ਆਲੇ ਦੁਆਲੇ ਬੈਠੇ ਆ ਔਰ ਦੋ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਉਹ ਪੰਜਾਬ ਤੇ ਯੂਪ ਦੀਆਂ ਆ ਰਹੀਆਂ ਔਰ ਯੂਪ ਦੀ ਇਲੈਕਸ਼ਨ ਮੋਦੀ ਸਾਹਿਬ ਲਈ ਔਰ ਭਾਜਪਾ ਲਈ ਨਿਹਾਇਤ ਜ਼ਰੂਰੀ ਹੈ ਜੇ ਉਹ ਯੂਪ ਹਾਰ ਜਾਂਦੇ ਤਾਂ ਇਹ اپੋਜੀਸ਼ਨ ਦੀ ਅੱਧੀ ਅੱਧੀ ਫਤਿਹ ਹੋ ਜਾਂਦੀ ਹੈ ਕਿਉਂਕਿ ਉਹਦੇ ਬਾਅਦ ਉਹਨਾਂ ਦਾ ਰਸਤਾ ਬੜਾ ਮੁਸ਼ਕਿਲ ਹੋ ਜਾਂਦਾ ਹੈ 2024 ਸੋ ਇਹ ਜਦ ਦੁਬਾਰਾ ਤੈਅ ਕੀਤਾ ਕਿ ਪਿੱਛੇ ਮਹਾਮਾਰੀ ਚੱਲ ਰਹੀ ਸੀ ਸਾਡੀ ਮੀਟਿੰਗ ਨਹੀਂ ਸੀ ਹੋਈ ਰਾਸ਼ਟਰੀ ਮੰਚ ਦੀ ਇਹਨਾਂ ਨੇ ਮੁਜੀਦ ਮੈਮਨ ਜਿਹੜੇ ਸਾਡੇ ਪੁਰਾਣੇ ਮੈਂਬਰ ਨੇ ਐਨਸੀਪੀ ਦੇ ਸ਼ਵਨਸੇਨਾ ਜੀ ਕਹਿੰਦੇ ਉਹਨੂੰ ਕਿਹਾ ਕਿ ਅਸੀਂ ਮੀਟਿੰਗ ਕਰਨੀ ਹੈ ਉਹਨਾਂ ਨੇ ਸ਼ਰਦ ਪਵਾਰ ਜੀ ਨੂੰ ਕਿਹਾ ਸ਼ਰਦ ਪਵਾਰ ਜੀ ਦਿੱਲੀ 'ਚ ਹੈ ਉਹਨਾਂ ਦੇ ਦਿਮਾਗ 'ਚ ਆਇਆ ਹੋਣਾ ਕਿ ਸ਼ਾਇਦ ਇਹਨੂੰ ਬਤਾਉਣਾ ਲੇਕਿਨ ਇਹ ਸਾਡੇ ਦਿਮਾਗ 'ਚ ਨਹੀਂ ਸੀ ਗੱਲ ਤੇ ਉਹਨਾਂ ਨੇ ਕਿਹਾ ਨਹੀਂ ਨਹੀਂ ਮੈਂ ਦਿੱਲੀ 'ਚ ਐ ਤੁਸੀਂ ਇਹ ਮੀਟ ਇੱਥੇ ਆਜੋ ਮੈਂ ਤੇ यशवंत सिन्हा ਜੁਆਇੰਟ ਦੀ ਚੇਅਰਮੈਨਸ਼ਿਪ ਕਰ ਲਾਂਗੇ ਉਹ ਨਾਲੇ ਇਹ ਵੀ ਕਹਿਣ ਲੱਗੇ ਮੈਂ ਕੁਝ ਹੋਰ ਬੰਦੇ ਬੁਲਾਉਣਾ ਚਾਹੁੰਦਾ ਜਿਹੜੇ ਕਿ ਮੰਚ 'ਚ ਨਹੀਂ ਹੈ ਤੋਂ सिन्हा ਸਾਹਿਬ ਨੇ ਕਿਹਾ ਠੀਕ ਹੈ ਤੁਸੀਂ ਬੁਲਾਓਗੇ ਉਮਰ ਅਬਦੁੱਲਾਹ ਵਗੈਰਾ ਇਹ ਪਹਿਲਾਂ ਨਹੀਂ ਸੀਗੇ ਸਾਡੇ ਮੰਚ 'ਚ ਜਾਵੇਦ ਅਕਤਰ ਕੁਝ ਕੁਝ ਐਸੇ ਸ਼ਖਸ ਜਾਂ ਪੋਲਿਟੀਕਲ ਪਾਰਟੀਆਂ ਆ ਗਈ ਜਿਹੜੀ ਪਹਿਲਾਂ ਨਹੀਂ ਸੀ ਲੇਕਿਨ ਕਿਉਂਕਿ ਇਹ TMC 'ਚ ਚਲੇ ਗਏ ਕਿਉਂਕਿ ਸ਼ਰਦ ਪਵਾਰ ਨੇ ਆਪਣੀ ਗਾੜੀ ਕੋਲੀਸ਼ਨ ਬਣਾਈ ਹੋਈ ਹੈ ਮਹਾਰਾਸ਼ਟਰਾਚ ਔਰ BJP ਨੂੰ ਇੱਕ ਤਰ੍ਹਾਂ ਉਹ ਪਚ ਨਹੀਂ ਰਹੀ ਉਹ ਦੋ ਸ਼ਕਤੀਆਂ ਇਕੱਠੀਆਂ ਹੋਣ ਨਾਲ ਇੱਕਦਮ ਪ੍ਰੈਸ ਨੂੰ ਇਹ ਲੱਗਿਆ ਕਿ ਇਹ ਕੋਈ ਨਵਾਂ ਵੋਲ ਉੱਠ ਗਿਆ ਹੈ ਨਵੀਂ ਆਪੋਜੀਸ਼ਨ ਇਕੱਠੀ ਹੋਗੀ ਔਰ ਕੋਈ ਇਹ ਸਾਜਿਸ਼ ਹੈ ਲੇਕਿਨ ਉਹ ਕਿਹਾ ਇਹੀ ਸਲਾਹ ਇਹੀ ਹੋਈ ਉਸ ਦਿਨ ਉਸ ਦਿਨ ਜਦ ਗੱਲ ਹੋਈ ਮੈਂ ਪਹਿਲਾਂ ਚੱਕਿਆ ਮੇਰੇ ਨਾਲ ਜਯੰਤ ਸੀਗੇ ਆਰਐਲਡੀ ਦੇ ਚੇਅਰਮੈਨ ਨੇ ਜਿਹੜੇ ਤੇ ਮੁੱਦਾ ਉਹ ਗੱਲ ਕਰਨ ਲੱਗੇ ਕਿ 2000 ਇਹ ਹੀ ਗੱਲ ਕਿ ਬਾਹਰ ਪ੍ਰੈਸ ਕੈਰੀ ਹੈ ਜੀ ਇਹ ਤਾਂ ਮੋਦੀ ਜੀ ਦੇ ਖਿਲਾਫ ਹੈ ਉਹ ਕਹਿੰਦੇ ਮੋਦੀ ਜੀ ਦੀ ਗੱਲ ਨਹੀਂ ਹੈ ਇਹ ਤਾਂ ਮੁੱਦਿਆਂ ਦੀ ਗੱਲ ਹੈ ਤੋ ਫਿਰ ਕਹਿੰਦੇ ਮੁੱਦੇ ਕਿਹੜੇ ਆ ਮੈਂ ਕਿਹਾ ਜੀ ਦੇਖੋ ਸਾਰਿਆਂ ਤੋਂ ਪਹਿਲਾਂ ਹੈ ਕਿਸਾਨਾਂ ਦਾ ਮੁੱਦਾ ਕਿਸਾਨ ਇੱਥੇ ਬੈਠੇ ਨੇ ਔਰ ਇਲیکشنਾਂ ਵੀ ਹੋ ਰਹੀਆਂ ਯੂਪੀ ਤੇ ਪੰਜਾਬ 'ਚ ਔਰ ਇਹਦੇ 'ਚ ਤੈ ਵੀ ਹੋ ਜਾਊਗਾ ਕਿ ਜਿਹੜੀਆਂ ਇਹਨਾਂ ਨੇ ਕਾਨੂੰਨ ਬਣਾਏ ਨੇ ਲੋਕ ਇਹਨਾਂ ਦੇ ਨਾਲ ਨਹੀਂ ਕਿ ਨਹੀਂ ਇਹ ਤਾਂ ਕਹਿੰਦੇ ਸਿਰਫ ਪੰਜਾਬ ਦਾ ਮੁੱਦਾ ਹੈ ਜ਼ਾਹਤੋਂ ਜ਼ਿਆਦਾ ਹਰਿਆਣਾ ਦਾ ਹੋਣਾ ਹੈ ਇਹ ਤਾਂ ਖਾਲਸਥਾਨੀ ਨੇ ਜਿਹੜਾ ਰੋਲ ਪਾਉਂਦੇ ਆ ਹੁਣ ਤਾਂ ਚਿਹਰਾ ਉਹਨੂੰ ਮਿਲ ਗਿਆ ਤਕੀਤ ਦਾ ਜਾਂ ਜੈਨ ਸਿੰਘ ਦਾ ਸੋ ਇਸ ਕਰਕੇ ਉਹਦੇ 'ਚੋਂ ਮੈਂ ਕਿਹਾ ਤੁਸੀਂ ਐਗਰੀਕਲਚਰ ਮਨਿਸਟਰ ਰਹੇ ਹੋ ਤੁਸੀਂ 50 ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ ਉਹ ਇਹ ਮੁੱਦੇ ਇਹਨਾਂ ਦੇ ਨਾਲ ਜੁੜਦਾ ਕਿਉਂ ਨਹੀਂ ਹੈ ਉਹਨਾਂ ਨੇ ਧਿਆਨ ਨਾਲ ਸੁਣੀ ਮੇਰੀ ਗੱਲ ਫਿਰ ਜਯੰਤ ਨੇ ਵੀ ਇਹੀ ਕਿਹਾ ਉਹਨੇ ਕਿਹਾ ਕਿ ਜੀ ਦੇਖੋ ਇਹ ਚਾਹੁੰਦੇ ਆ ਕਿ ਸਿਆਸੀ ਪਾਰਟੀਆਂ ਸਾਡੇ ਕੋਲ ਨਾ ਆਣ ਕਿਸਾਨ ਕਹਿੰਦੇ ਆ ਲੇਕਿਨ ਰਾਸ਼ਟ੍ਰਮੰਚ ਤਾਂ ਜਾ ਸਕਦਾ ਹੈ ਇਹ ਸਿਆਸੀ ਮੁੱਦੇ ਉਠਾ ਰਿਹਾ ਹੈ ਲੇਕਿਨ ਇਹ ਪੋਲਿਟੀਕਲ ਪਾਰਟੀ ਨਹੀਂ ਹੈ ਇਹਦੇ ਚ ਗੈਰ ਪੋਲਿਟੀਕਲ ਵੀ ਬੰਦੇ ਨੇ ਦੂਜੇ ਵੀ ਨੇ ਤਾਂ ਇਹ ਮੁੱਦਾ ਉਸ ਤੋਂ ਫਿਰ ਉਸ ਚ ਉਹਨਾਂ ਨੇ ਦਿਲਚਸਪੀ ਲਈ ਉਸ ਦਿਨ ਉਸ ਘੱਲ ਦੇ ਬਾਅਦ ਦੋ ਤਿੰਨ ਦਿਨ ਬਾਅਦ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਕਿ ਇਹ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਇਹ ਪ੍ਰਧਾਨ ਮੰਤਰੀ ਨੂੰ ਇਹਦੇ ਕਣੀ ਨਿਗਾਹ ਕਰਨੀ ਚਾਹੀਦੀ ਹੈ ਇਹਦਾ ਕੋਈ ਸੋਲੂਸ਼ਨ ਕੱਢਣਾ। ਨਹੀਂ ਠੀਕ ਹੈ ਤੁਹਾਡੇ ਗੱਲ ਕੇਸੀ ਸਿੰਘ ਜੀ ਉਹ ਸਾਬਕਾ ਖੇਤੀਬਾੜੀ ਮੰਤਰੀ ਰਹੇ ਹੈ। ਸ਼ਰਦ ਪਵਾਰ ਹਰੀਤਾ ਹੁਣ ਫਾਰਮ ਲਾਜ਼ ਤੇ ਲਈ ਜਿਹੜਾ ਬਿਆਨ ਦੇ ਰਿਹਾ ਤੇ ਸਰਕਾਰ ਕਹਿੰਦੀ ਆ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਸੌਦਾ ਕਰਵਾ ਲਓ, ਰੱਦ ਨਹੀਂ ਹੋਣਗੇ। ਤੁਸੀਂ ਸ਼ਰਦ ਪਵਾਰ ਨੂੰ ਹੁਣ ਕੋਈ ਸਵਾਲ ਕਰਨਾ ਚਾਹੁੰਦੇ ਹੋ ਜਾਂ ਸ਼ਰਦ ਪਵਾਰ ਦੇ ਨਾਲ ਅੱਜ ਵੀ ਉਸ ਬਿਆਨ ਦੇ ਨਾਲ ਸਟੈਂਡ ਕਰਦੇ ਹੋ? ਦੇਖੋ ਸ਼ਰਦ ਪਵਾਰ ਰਾਸ਼ਟਰੀ ਮੰਚ ਦਾ ਹਿੱਸਾ ਨਹੀਂ ਹੈ। ਅਸੀਂ ਜਿਹੜਾ ਇਹ ਮੁੱਦਾ ਉਠਾਇਆ ਰਾਸ਼ਟਰੀ ਮੰਚ 'ਤੇ ਉਠਾਇਆ ਹੈ ਸਰ ਕੋਈ ਵੀ ਬੰਦਾ ਜਿਹੜਾ ਰਾਸ਼ਟਰੀ ਮੰਚ ਦੇ ਵਿੱਚ ਹੈ ਉਹਦੇ ਕਈ ਤਰ੍ਹਾਂ ਦੇ ਵਿਚਾਰ ਹੋ ਸਕਦੇ ਆ ਕਈ ਜੀਤਾਂ ਦੇ ਤੁਹਾਡੇ ਨਾਲ ਸਹਿਮਤ ਹੋ ਸਕਦਾ ਹੈ ਉਹ ਲਿਆ ਕੇ ਕੋਈ ਸੁਝਾਅ ਦੇ ਸਕਦਾ ਹੈ ਅਪਰੋਲ ਰਾਸ਼ਟਰੀ ਮੰਚ ਦਾ ਤਰੀਕਾ ਹੈ ਕਿ ਤੂੰ ਇਹ ਕੰਸੈਂਸਸ ਸਾਂਝ ਕੇਵੇਂ ਬਣ ਸਕਦੀ ਹੈ ਕਿਵੇਂ ਇਸ ਚੀਜ਼ ਤੇ ਸਾਂਝ ਬਣਾਈਏ ਜੀਸਿਸ ਕੀ ਫੈਸਲਾ ਹੋ ਜਾਏ ਹੁਣੋ ਫੈਸਲਾ ਅਸੀਂ ਤਾਂ ਕਰਵਾ ਨਹੀਂ ਰਹੇ ਉਹ ਦੇ ਨਾ ਕਰਵਾ ਸਕਦੇ ਆ ਇਹ ਤਾਂ ਪ੍ਰਧਾਨ ਮੰਤਰੀ ਨੂੰ ਇਹ ਸੋਚਣਾ ਪਵੇਗਾ ਤੁਸੀਂ ਚਾਹੁੰਦੇ ਹੋ ਰਿਪੀਲ ਹੋਵੇ ਜਾਂ ਅਮੈਂਡਮੈਂਟ ਹੋਵੇ ਤੁਸੀਂ ਕੀ ਚਾਹੁੰਦੇ ਦੇਖੋ ਅਮੈਂਡਮੈਂਟ ਤਾਂ 100% ਉਹਦੇ ਵਿੱਚ ਬਣਦੀ ਹੈ ਰਿਪੀਲ ਚਾਹੁੰਦੇ ਹੋ ਅ ਦੇਖੋ ਰਿਪੀਲ ਦਾ ਇਹ ਹੈ ਕਿ ਕੋਈ ਸਰਕਾਰ ਕਰਦੀ ਨਹੀਂ ਹੁੰਦੀ ਇੰਨੀ ਤਕੜੀ ਸਰਕਾਰ ਜਿਹੜੀ ਹੋਵੇ ਜੇ ਯੂਪੀ ਦੀ ਇਲੈਕਸ਼ਨ ਇਹ ਹਾਰ ਜਾਂਦੇ ਹੈ ਪੰਜਾਬ ਦੀ ਇਲੈਕਸ਼ਨ ਭਾਜਪਾ ਨਹੀਂ ਜਿੱਤ ਸਕਦੀ ਆਲਰੇਡੀ ਇਹਨਾਂ ਦਾ ਆਲਾਈਐਂਸ ਟੁੱਟ ਗਿਆ ਇੱਕ ਤਰ੍ਹਾਂ ਨਾਲ ਕਈ ਕਾਨੂੰਨ ਕੀ ਹੁੰਦੇ ਹੈ ਕਿ ਜਿਹੜੇ ਬਹੁਤ ਤਕੜੇ ਪ੍ਰਾਈਮ ਮਿਨਿਸਟਰ ਹੋਣ ਉਹ ਆਪਣੀ ਹਾਰ ਨਹੀਂ ਮੰਨਦੇ ਉਹ ਕਰਨਗੇ ਕਿ ਉਹ ਕਾਨੂੰਨ ਨੂੰ ਇੱਕ ਪਾਸੇ ਕਰ ਦਿੰਗੇ ਉਹ ਪਿਆ ਰਹੂਗਾ ਉਹ ਆਪਣੇ ਆਪ ਆਪਣੇ ਮੌਤ ਮਰ ਜਾਂਦਾ ਬਾਅਦ ਚ ਕਾਨੂੰਨ ਨਹੀਂ ਉਹ ਪਾਵਰਫੁੱਲ ਤੁਸੀਂ ਉਹਨਾਂ ਨੂੰ ਇਸ ਕਰਕੇ ਮੰਨਦੇ ਪਿਓ ਕਿ ਉਹਨਾਂ ਕੋਲ ਗਿਣਤੀ ਬਹੁਤ ਜ਼ਿਆਦਾ MP's ਸੀ ਜਾਂ ਪਾਵਰਫੁੱਲ ਇਸ ਕਰਕੇ ਮੰਨਦੇ ਪਿਓ ਜਿਵੇਂ ਵਿਰੋਧੀ ਕਹਿੰਦੇ ਉਹਨਾਂ ਦੇ ਕਿ ਇਹ ਈਗੋ ਬਹੁਤ ਹਨਾਂ ਚ ਤੁਸੀਂ ਕੀ ਮੰਨਦੇ ਹੋ ਨਹੀਂ ਗਿਣਤੀ ਹੈ ਬਿਲਕੁਲ 302 ਉੱਪਰ ਉਹਨਾਂ ਕੋਲ MP ਨੇ ਔਰ ਹਲੇ ਵੀ ਜੇ ਤੁਸੀਂ ਰੇਟਿੰਗਸ ਦੇਖੋ ਗਿਰੇ ਤੋਂ ਗਿਰੇ ਵੀ ਜੇ ਕੋਈ ਜੀ ਪਪੂਲਾਰਿਟੀ ਰੇਟਿੰਗਸ ਤੁਸੀਂ ਲਓ ਹਮੇਸ਼ਾ 50% ਤੋਂ ਉੱਪਰ ਆਉਂਦੀ ਹੈ ਉਹਨਾਂ ਦੀ ਕੁਛ ਗਿਰੀ ਹੈ ਵੈਸਟ ਬੰਗਾਲ ਦੇ ਬਾਅਦ ਲੇਕਿਨ ਇੰਨੀ ਨਹੀਂ ਗਰੀ ਕੀਤੀ 40% ਤੇ ਆ ਜਾਂਦਾ ਸੋ ਇਸ ਕਰਕੇ ਜੇ ਹੋਰ ਕਿਸ ਤੁਸੀਂ ਹਿੰਦੁਸਤਾਨ ਚ ਪੋਲਿੰਗ ਚ ਰੇਟਿੰਗ ਦੇਖੋ ਉਹਨਾਂ ਦੇ ਬਰਾਬਰ ਨਹੀਂ ਹੈ ਕੋਈ ਬੰਦਾ ਹੋਰ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮੋਦੀ ਨਹੀਂ ਤਾਂ ਕੋਈ ਹੋਰ ਹੈ ਨਹੀਂਗਾ ਤੇਰਾ ਨਹੀਂ ਹੈ ਮੋਦੀ ਦਾ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਾਂ ਕਿ ਉਹ ਇਸ ਵੇਲੇ ਪਾਵਰਫੁਲ ਪ੍ਰਾਈਮ ਮਿਨਿਸਟਰ ਹੈ ਲੇਕਿਨ ਇੰਦਰਾ ਗਾਂਧੀ ਵੀ ਇੱਕ ਪਾਵਰਫੁਲ ਪ੍ਰਾਈਮ ਮਿਨਿਸਟਰ ਸੀ ਉਹਨੂੰ ਉਤਾਰਿਆ ਉਹਨੇ ਐਮਰਜੈਂਸੀ ਲਗਾਈ ਇਹਨਾਂ ਨੇ ਤਾਂ ਹਲੇ ਗੈਰਕਾਨੂੰਨੀ ਐਮਰਜੈਂਸੀ ਲਾਈ ਹੈ ਉਹਨੇ ਤਾਂ ਕਾਨੂੰਨੀ ਐਮਰਜੈਂਸੀ ਲਗਾਈ ਸੀ ਲੇਕਿਨ ਉਹ ਕਾਨੂੰਨੀ ਐਮਰਜੈਂਸੀ ਦੇ ਬਾਵਜੂਦ ਇੰਦਰਾ ਗਾਂਧੀ ਨੂੰ ਸ਼ਕਸ਼ਤ ਮਿਲੀ ਔਰ ਉਹਦੇ ਵਿੱਚੋਂ ਕੋਈ ਇੱਕ ਚਿਹਰਾ ਨਹੀਂ ਸੀ ਜੈ ਪ੍ਰਕਾਸ਼ ਨਾਇੰਤਾ ਪ੍ਰਧਾਨ ਮੰਤਰੀ ਦੇ ਲਈ ਕੁਰਸੀ ਨਹੀਂ ਸੀ ਮੰਗ ਰੇ ਇਹ ਨਾ ਮੁਰਾਦ ਜੀ ਦਸਾਈ ਦਾ ਨਾਮ ਉੱਠਿਆ ਸੀ ਸੋ ਹਿੰਦੁਸਤਾਨ ਚ ਸਿੱਖਿਆ ਇਹ ਗਿਆ ਕਿ ਜਦ ਕੋਈ ਐਡਾ ਬਹੁਤ ਸਟਰੋਂਗ ਪ੍ਰਾਈਮ ਮਿਨਿਸਟਰ ਹੋਵੇ ਉਹਨੂੰ ਕੱਢਣ ਲਈ ਜਦ ਆਪੋਜੀਸ਼ਨ ਇਕੱਠੀ ਹੁੰਦੀ ਹੈ ਚਿਹਰੇ ਦੀ ਜ਼ਰੂਰਤ ਨਹੀਂ ਹੈ ਵੀ ਪੀ ਸਿੰਘ ਚਿਹਰਾ ਬਣ ਗਿਆ ਸੀ ਹਾਲਾਂਕਿ ਜਦ ਦੂਜੀ ਵਾਰ ਰਾਜੀਵ ਗਾਂਧੀ ਨੂੰ ਨੇ ਕੱਢਿਆ ਲੇਕਿਨ ਉਹ ਵੀ ਕੱਲਾ ਜਿੱਤ ਕੇ ਨਹੀਂ ਸੀ ਆਇਆ ਦੂਜਿਆਂ ਨਾਲ ਰਲ ਕੇ ਜਿੱਤ ਕੇ ਆਇਆ ਸੀ ਠੀਕ ਹੈ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ ਕੇਸ ਸਿੰਘ ਜੀ ਬ੍ਰੇਕ ਤੋਂ ਬਾਅਦ ਵਾਪਸ ਆਮਾਂਕੇ ਕਿ ਮਿਸਟਰ ਮੋਦੀ ਦੇ ਖਿਲਾਫ ਕੋਈ ਵੱਡੇ ਚਿਹਰੇ ਜ਼ਰੂਰ ਹੈ ਕਿ ਕੇਸ ਸਿੰਘ ਕਹਿੰਦੇ ਨਹੀਂ ਕਿਹੜੇ ਲੀਡਰਾਂ ਦੀ ਜ਼ਰੂਰਤ ਹੈ ਕਿ ਇਹ ਸਵਾਲ ਇਹੀ ਹੈਗਾ ਤੇ ਸਵਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਕੇਸ ਸਿੰਘ ਹਰੀ ਆਪਦੇ ਆਪ ਨੂੰ ਹੁਣ ਕਿੱਥੇ ਦਿਖਦੇ ਪਏ ਹੈ ਕਿਉਂਕਿ ਇਹ ਲਗਾਤਾਰ ਬੋਲਦੇ ਪਿਆ ਮੁਖ ਰੋ ਕੇ ਬੋਲਦੇ ਪਿਆ ਜੇ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਹੋ ਇਹ ਹਰ ਮੁੱਦੇ ਤੇ ਸਟੇਟਮੈਂਟ ਦੇ ਰਿਹਾ ਵਾਪਸ ਆ ਕੇ ਇਹਨਾਂ ਤੋਂ ਹੋਰ ਸਵਾਲ ਹੋਣਗੇ ਜ਼ਰੂਰ ਇੱਕ ਹੋਰ ਫੇਰ ਤੁਹਾਡਾ ਸਵਾਦ ਕਰਦੇ ਹਾਂ ਕੇਸੀ ਸਿੰਘ ਹਰਾ ਦੇ ਬਾਰੇ ਬਹੁਤ ਕੁਝ ਦੱਸਿਆ ਜਾ ਸਕਦਾ ਹੈ ਇਹ ਹਾਟਲ ਬਿਹਾਰੀ ਵਾਜਪਾਈ ਹਰਵਲੇ ਪਹਿਲੇ 6 ਬੁਕਸ ਪਰਸਨ ਵੀ ਰਹੇ ਆ ਇਹਨਾਂ ਬਾਰੇ ਜੇ ਮੈਂ ਗਿਣਤੀ ਕਰਾਂ ਤਾਂ بڑے ਮੁਲਕਾਂ ਵਿੱਚ ਇਹਨਾਂ ਨੇ ਆਪਦੀਆਂ ਸੇਵਾਵਾਂ ਨਿਭਾਈਆਂ ਈਰਾਨ ਯੂਏਈ ਦੇ ਵਿੱਚ ਇਹ ਅੰਬੈਸਡਰ ਰਹੇ ਆ ਨਿਊਯਾਰਕ ਦੇ ਵਿੱਚ ਇਹਨਾਂ ਨੇ ਅਹੁਦੇ ਸੰਭਾਲਿਆ ਕੇਸੀ ਸਿੰਘ ਜੀ ਇਹਨਾਂ ਤੁਹਾਡਾ ਤਜਰਬਾ ਵੱਡੇ ਬਿਊਰੋਕਰੇਟਸ ਉਹ ਤੁਸੀਂ ਬਹੁਤ ਵੱਡਾ ਨਾਮ ਹੈ ਤੁਹਾਡਾ ਤੁਸੀਂ ਜਦੋਂ ਇਹਨਾਂ ਲੋਕਾਂ ਨੂੰ ਸਲਾਹਾਂ ਦਿੰਦੇ ਸੀ ਕੋਈ ਤੇ ਉਹ ਸਲਾਹ ਸੁਣਦੇ ਸੀ ਲੀਡਰ ਤੇ ਡਿਪੈਂਡ ਕਰਦਾ ਹੈ ਗਿਆਨੀ ਜੀ ਨਾਲ ਕੰਮ ਕਰਨਾ ਬੜਾ ਸੌਖਾ ਸੀ ਉਹ ਕਹਿੰਦੇ ਵੀ ਸੀ ਕਹਿੰਦੇ ਜੀਨੇ ਮੇਰੇ ਨਾਲ ਕੰਮ ਕਰ ਲਿਆ ਹੋਰ ਕਿਸੇ ਨਾਲ ਨਹੀਂ ਕਰ ਸਕਦਾ ਉਹਨਾਂ ਸਵੇਰੇ ਉੱਠਣਾ ਸਾਲਗ੍ਰਾਮ ਹੁੰਦਾ ਸੀ ਉਹਨਾਂ ਦਾ ਜਿਹੜਾ ਸ਼ੁਰੂ ਤੋਂ ਚੀਫ ਮਿਨਿਸਟਰ ਤੋਂ ਪਹਿਲਾਂ ਦਾ ਉਹਨਾਂ ਦਾ ਕਪੜਿਆਂ ਕੁੱਪੜਿਆਂ ਦਾ ਹਲੇ ਦੁਆਲੇ ਕਮਰੇ ਚ ਸਵੇਰੇ ਤਿਆਰ ਕਰਾਉਣ ਨੂੰ ਨਾਲ ਹੀ ਰਹਿੰਦਾ ਸੀ ਉਹਨਾਂ ਦੇ ਪਹਿਲਾ ਸਾਲਗ੍ਰਾਮ ਦੀ ਸਲਾਹ ਲੈਣੀ ਉਹਨਾਂ ਨੇ ਸਵੇਰੇ ਸਾਲਗ੍ਰਾਮ ਕੀ ਸੁਣਿਆ ਉਹ ਸੁਣਦੇ ਰਹਿੰਦੇ ਸੀ ਡਿਫਰੈਂਟ ਡਿਫਰੈਂਟ ਅ ਲੈਵਲ ਦੇ ਬੰਦੇ ਕੀ ਗੱਲ ਕਰ ਰਹੇ ਆ ਉਹ ਇਹ ਨਹੀਂ ਮਤਲਬ ਕਿ ਉਹਨਾਂ ਨੇ ਸਾਰੀ ਗੱਲ ਉਹਦੀ ਮੰਨ ਲੈਣੀ ਹੈ ਪਰ ਉਹ ਇੱਕ ਤਰ੍ਹਾਂ ਨਾਲ 360 ਡਿਗਰੀ ਤੋਂ ਵਿਊ ਕਰਦੇ ਸੀ ਇਹ ਕਿਵੇਂ ਸੋਚ ਰਹੇ ਆ ਮਾਲੀ ਜਿਹੜਾ ਪਿਛਲੇ ਪਾਸੇ ਜਾ ਵਾਕ ਕਰਦੇ ਉਹ ਕਿਵੇਂ ਇਹ ਹੁੰਦੇ ਜਿਹੜੇ ਪਪੂਲਰ ਪੋਲੀਟਿਸ਼ੀਅਨ ਜਿਹੜੇ ਲੋਕਾਂ ਨਾਲ ਜੁੜੇ ਹੋਏ ਪੋਲੀਟਿਸ਼ੀਅਨ ਹੁੰਦੇ ਆ ਉਹਨਾਂ ਦੀ ਉਹ ਕੰਮ ਮਹਿਸੂਸ ਹੋ ਰਹੇ ਨੇ ਇਸ ਵੇਲੇ ਤੁਹਾਨੂੰ ਬੜੇ ਬੜੇ ਥੋੜੇ ਨਜ਼ਰ ਆਣਗੇ ਜਿਹੜੇ ਉਹੇ ਜਿਹੇ ਪਪੂਲੇਟ ਜਿਹੜੇ ਲੋਕਾਂ ਨਾਲ ਜੁੜ ਕੇ ਗੱਲਾਂ ਕਰਕੇ ਅੱਜ ਕੱਲ ਤਾਂ ਇਹ ਹੈ ਕਿ ਪੋਲਸਟਰ ਨੇ ਮੈਨੂੰ ਸੁਣਿਆ ਜਾਂਦਾ 100-100 ਕਰੋੜ ਰੁਪਏ ਵੀ ਲੈਂਦੇ ਨੇ ਆ ਕੇ ਉਹ ਸਟੇਟ ਗਵਰਨਮੈਂਟਸ ਚ ਆਪਣੀ ਪੂਰੀ ਟੀਮ ਲਿਆਉਂਦੇ ਆ 100-100 2-200 ਬੰਦਿਆਂ ਦੀ ਪੋਲਿੰਗ ਹੁੰਦੀ ਹੈ ਕਹਾਂਚੋਂ ਪੋਲਸ ਕਰਾ ਕੇ ਪਤਾ ਕਰਦੇ ਲੋਕ ਕੀ ਚਾਹੁੰਦੇ ਆ ਪੁਰਾਣੇ ਪੋਲੀਟਿਸ਼ੀਅਨ ਨੂੰ ਕੋਈ ਪੋਲਸਟਨ ਨਹੀਂ ਸੀ ਚਾਹੀਦੇ ਨਾ ਉਹ ਖਰਚਾ ਕਰਦੇ ਸੀ ਉਹ ਨਬਸ ਟੋ ਲੈ ਲੈਂਦੇ ਸੀ ਬੰਦਿਆਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਬੰਦਿਆਂ ਨਾਲ ਇੰਦਰਾ ਗਾਂਧੀ ਵੀ ਮਾਰਨਿੰਗ ਚ ਉਦੋਂ ਜਿੱਨਾ ਜਿੱਦਨ ਉਹਨਾਂ ਦਾ ਕਥਿਆਮ ਹੋਇਆ ਉਦੋਂ ਵੀ ਸਵੇਰੇ ਬੰਦਿਆਂ ਨੂੰ ਮਿਲਣ ਜਾ ਰਹੇ ਸੀ ਕੱਟ-ਕਟਾ ਹੁੰ ਉਹ 100 200 ਬੰਦਾ ਜਿੰਨਾ ਹੁੰਦਾ ਫਟਾਫਟ ਸਵੇਰੇ ਮਿਲਦੇ ਸੀ ਉਹਦੇ ਨਾਲ ਡਰ ਰਹਿੰਦਾ ਜੇ ਇੱਕ ਰਾਜਾ ਜਾਂ ਹੁਕਮ ਹੁਕਮਰਾਨ ਪਬਲਿਕ ਨਾਲ ਕੰਟੈਕਟ ਰੱਖੇ ਫਿਰ ਡਰ ਰਹਿੰਦਾ ਹੈ ਅਫਸਰਾਂ ਨੂੰ ਕਿ ਕੋਈ ਸ਼ਿਕਾਇਤ ਨਾ ਲਗਾ ਦੇ ਕੋਈ ਨੂੰ ਦੱਸ ਨਾ ਦੇਗੇ ਹਕੀਕਤ ਕੀ ਹੈ ਸਚਾਈ ਕੀ ਹੈ ਸੋ ਇਸ ਕਰਕੇ ਇਹ ਇਹ ਮੇ ਵਾਜਪਾਈ ਸੀ ਵਾਜਪਾਈ ਸਾਹਿਬ ਬੜੇ ਘੱਟ ਬੋਲਦੇ ਸੀ ਲੇਕਿਨ ਸੁਣਦੇ ਬੜੀ ਸੀ ਚੁੱਪ-ਚਾਪ ਸੁਣੀ ਜਾਂਦੇ ਸੀ ਗੱਲ ਇਨਫੈਕਟ ਕਈ ਵਾਰ ਜੇ ਫੋਰਨਰ ਵੀ ਉਹਨਾਂ ਨਾਲ ਗੱਲ ਕਰਦਾ ਉਹਨਾਂ ਨੂੰ ਕਈ ਵਾਰ ਦਿੱਕਤ ਆਣੀ ਕਿਉਂਕਿ ਉਹਨਾਂ ਨੇ ਸੋਚਣਾ ਇਹਨਾਂ ਨੇ ਬੋਲਣਾ ਬੰਦ ਕਰਤਾ ਉਹ ਬੋਲਣਾ ਸ਼ੁਰੂ ਕਰਨਾ ਫਿਰ ਪਤਾ ਲੱਗਣਾ ਨਹੀਂ ਹਲੇ ਇਹ ਰੁੱਕ ਕੇ ਗੱਲ ਕਰ ਰਹੇ ਹੈ ਉਹ ਬੜਾ ਸੋਚ ਕੇ ਠਹਿਰ ਕੇ ਹੌਲੀ ਹੌਲੀ ਗੱਲ ਕਰਦੇ ਸੀ ਲੇਕਿਨ ਸੁਣਦੇ ਬੜੇ ਧਿਆਨ ਨਾਲ ਸੀ ਕੋਈ ਵੀ ਗੱਲ ਉਹਨਾਂ ਨੂੰ ਕਨਵੇ ਕੀਤੀ ਜਾਵੇ ਬੜੇ ਧਿਆਨ ਨਾਲ ਸੁਣਨਗੇ ਉਹ ਗੱਲ ਜਦ ਇਹ ਹੁਣ ਜਿਹੜੇ ਐਸਪਲੇ ਡੀ ਫੈਕਟੋ ਪ੍ਰੈਜ਼ੀਡੈਂਟ ਹੈ ਅਬੂਦਾਬੀ ਦੇ ਯੂਏਈ ਦੇ ਮੁਹੰਮਦ ਬਿਨ ਜ਼ਾਇਦ ਇਹ ਉਦੋਂ ਚੀਫ ਆਫ ਸਟਾਫ ਸੀ ਆਰਮੀ ਦੇ ਨੰਬਰ 3 ਸਨ ਸੀਗੇ ਸ਼ੇਖ ਜ਼ਾਇਦ ਸ਼ੇਖ ਜ਼ਾਇਦ ਜਿਉਂਦੇ ਸੀ ਉਦੋਂ 2003 ਚ ਮੈਂ ਇਰਾਨ ਜਾਣ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਆਇਆ ਵਾਜਪਾਈ ਸਾਹਿਬ ਨੇ ਉਦੋਂ ਅੱਖ ਦਾ ਆਪਰੇਸ਼ਨ ਕਰਾ ਲਿਆ ਉਹ ਬੜੀ ਮੁਸ਼ਕਲ ਮੈਂ ਅਪਾਇੰਟਮੈਂਟ ਲਈ ਕਹਿੰਦੇ ਅੱਛਾ ਚਲੋ ਫੋਟੋ ਨਹੀਂ ਖਿੱਚਣੀ ਅਪਾਇੰਟਮੈਂਟ ਲੈ ਲੈਨੇ ਆ ਗੱਲ ਕਰ ਲੈਨੇ ਆ ਮੈਂ ਅੰਦਰ ਗਿਆ ਤਾਂ ਮਿਸ਼ਰਾ ਬ੍ਰਜੇਸ਼ ਪ੍ਰਸ਼ਾ ਜਿਹੜੇ ਉਹਨਾਂ ਦੇ ਬੜੇ ਨੇੜੇ ਸੀ ਉਹ ਕਹਿਣ ਲੱਗੇ ਬਈ ਕੇਸੀ ਆਪ ਹੀ ਬਰੀਫ ਕਰ ਦਿਜੀਏ ਮੇਰਾ ਤਾਂ ਕੋਈ ਇਸ ਵਿੱਚ ਜਾਣ ਪਛਾਣ ਨਹੀਂ ਹੈ ਕੀ ਹੈ ਗਲਫ ਮੇ ਤੇ ਉਹ ਬੈਠ ਕੇ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਸੁਣਨਗੇ ਥੋੜੀ ਗੱਲ ਸੁਣ ਕੇ ਇੱਕ ਅੱਧਾ ਸਵਾਲ ਪੁੱਛਣਗੇ ਲੇਕਿਨ ਸਾਰੀ ਚੀਜ਼ ਨੋਟ ਹੋ ਜਾਏਗੀ ਹੋਣ ਵਾਲੇ ਸੁਣਦੇ ਘੱਟ ਹੈ ਮਿਸਟਰ ਮੋਦੀ ਸੁਣਦੇ ਘੱਟ ਦੇਖੋ ਜਿਹੜੇ ਬਰਮਨ ਸਿੰਘ ਅਸੀਂ ਸੁਣਦੇ ਸੀ ਮਨਮੋਨ ਸਿੰਘ ਨਾਲ ਮੇਰਾ ਬੜਾ ਘੱਟ ਪਰਸਨਲ ਤਾਲੁਕਾਤ ਰਿਹਾ ਹੈ ਲੇਕਿਨ ਜਿਹੜੇ ਉਹਨਾਂ ਨਾਲ ਨੇਚਰਲੀ ਕੰਮ ਕਰਦੇ ਸੀ ਅਫਸਰ ਉਹਨਾਂ ਦਾ ਸੁਭਾਅ ਫਰਕ ਸੀ ਉਹ ਨਰਮ ਸੀਗੇ ਲੇਕਿਨ ਉਹ ਵੀ ਸਖਤਾਈ ਕਰ ਸਕਦੇ ਸੀਗੇ ਜਦ ਸਟੈਂਡ ਕਿਸੇ ਚੀਜ਼ ਤੇ ਲੈ ਲਿਆ ਜਿਵੇਂ ਅਮਰੀਕਾ ਦੇ ਨਾਲ ਜਿਹੜੀ ਨਿਊਕਲੀਅਰ ਐਗਰੀਮੈਂਟ ਜਿਹੜੀ ਪਰਮਾਨੂ ਸੰਧੀ ਕੀਤੀ ਅਸੀਂ ਉਹਦੇ ਤੇ ਕਾਂਗਰਸ ਪਾਰਟੀ ਬਹੁਤ ਵੱਡਾ ਰੋੜ ਰਿਹਾ ਉਹਨਾਂ ਚੀਜ਼ਾਂ ਵਿੱਚ ਮੈਂ ਉਸ ਵੇਲੇ ਤਾਂ ਇਰਾਨ ਚ ਸੀਗਾ ਜਦ ਇਹਨਾਂ ਨੇ ਕੀਤੀ ਹੈ ਫਿਰ ਮੈਂ ਆ ਗਿਆ ਸੀ ਦਿੱਲੀ ਹਾਂ ਜਦ ਫਾਈਨਲਾਈਜ਼ ਕੀਤੀ ਹੈ ਲੇਕਿਨ ਉਹਦੇ ਚ ਇਹਨਾਂ ਨੇ ਜਿਹੜਾ ਸਟੈਂਡ ਲਿਆ ਕਾਂਗਰਸ ਪਾਰਟੀ ਵੀ ਪੂਰੀ ਇਹਨਾਂ ਦੇ ਨਾਲ ਨਹੀਂ ਸੀ ਕਿਉਂਕਿ ਗਵਰਨਮੈਂਟ ਵੀ ਗਿਰਨ ਤੇ ਆ ਗਈ ਉਸ ਚੀਜ਼ ਤੇ ਕਿਉਂਕਿ ਸਾਰੀਆਂ ਜਿਹੜੀਆਂ ਕੋਲੀਸ਼ਨ ਦੀਆਂ ਪਾਰਟੀਆਂ ਸੀ ਉਹ ਵੀ ਨਾਲ ਜਾਣ ਨੂੰ ਤਿਆਰ ਨਹੀਂ ਸੀ ਸੋ ਇਸ ਕਰਕੇ ਉਹਦੇ ਚ ਵੀ ਕਾਂਗਰਸ ਪਾਰਟੀ ਕਾਫੀ ਇਹ ਸੀ ਕਿ ਕਿਉਂ ਇਹ ਲੇਕਿਨ ਉਹਦੇ ਚ ਇਹਨਾਂ ਨੇ ਮਨ ਬਣਾ ਲਿਆ ਸੀ ਕਿ ਇਹ ਕਰਨਾ ਹੈ ਇਹ ਮੇਰੀ ਲੈਗਸੀ ਹੈਗੀ ਐ ਨੂੰ ਮੈਂ ਕਰਕੇ ਛੱਡ ਕੇ ਜਾਣਾ ਸੋ ਕਈ ਚੀਜ਼ਾਂ ਇਹ ਮੁੱਦਿਆਂ ਤੇ ਉੜ ਜਾਂਦੇ ਸੀਗੇ ਪਰ ਮੋਦੀ ਸਾਹਿਬ ਦਾ ਇਹ ਕਹੇ ਕਿ ਇੱਕ ਡਰ ਬੈਠਿਆ ਹੋਇਆ ਲੋਕਾਂ ਦੇ ਮਨ 'ਚ ਕਿ ਜੇ ਉਹ ਤੁਹਾਡਾ ਤੁਹਾਡਾ ਵਿਚਾਰ ਮੰਗਦੇ ਨਹੀਂ ਤੁਸੀਂ ਜਾ ਕੇ ਵਿਚਾਰ ਨਹੀਂ ਦੇ ਸਕਦੇ ਉਹ ਤੁਹਾਨੂੰ ਦੱਸਣਗੇ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਲੇਕਿਨ ਕਿਹੜਾ ਬੰਦਾ ਉਹਨਾਂ ਦਾ ਮਨ ਬਦਲ ਸਕਦਾ ਹੈ ਇਹ ਕਿਸੇ ਨੂੰ ਪਤਾ ਦਿੱਲੀ 'ਚ ਕੀ ਤਾਂ ਹੀ ਉਹ ਮਨ ਕੀ ਬਾਤ ਕਰਦੇ ਹਾਂ ਬਿਲਕੁਲ ਉਹਨਾਂ ਦੀ ਮਨ ਦੀ ਬਾਤ ਉਹੀ ਜਾਣਨ ਤੇ ਉਹ ਕੋਈ ਮਜ਼ਾਕ ਚ ਕਹਿ ਰਿਹਾ ਸੀ ਕਿ ਕਹਿੰਦਾ ਕਈ ਵਾਰ ਮੋਦੀ ਜੀ ਨੂੰ ਵੀ ਨਹੀਂ ਪਤਾ ਕਿ ਮੋਦੀ ਜੀ ਕੀ ਸੋਚੇ ਕਿਉਂਕਿ ਹੋ ਸਕਦਾ ਉਹ ਬਦਲ ਲੈਣਾ ਆਪਣਾ ਮਨ ਤਾਂ ਇਹ ਜਿਵੇਂ ਹੁਣ ਕੈਬਨਿਟ ਦੀ ਗੱਲ ਹੋ ਰਹੀ ਹੈ ਕਿ ਅਗਲੇ 2-3 ਦਿਨ ਚ ਹੋ ਰਿਹਾ ਪਿਛਲੀ ਵਾਰ ਜਦ ਰੀਸ਼ਫਲ ਹੋਈ ਹੈ ਪਹਿਲੀ ਇਹਦੇ ਚ ਦੌਰ ਚ ਇਹਨਾਂ ਦੀ ਜਿਹੜੇ ਪਹਿਲੇ ਸੀਗਾ ਪ੍ਰੈਸ ਵਾਲਿਆਂ ਨੇ ਪੁੱਛਿਆ 2-3 ਦਿਨ ਪਹਿਲਾਂ ਕਿ ਤੁਸੀਂ ਰੀਸ਼ਫਲ ਕਰਨੀ ਨਹੀਂ ਬਿਲਕੁਲ ਹੀ ਨਹੀਂ ਕੋਈ ਰੀਸ਼ਫਲ ਦਾ ਨਾਮ ਦੀ ਗੱਲ ਇਹ 2 ਦਿਨ ਬਾਅਦ ਠਾ ਮਾਰਿਆ ਕਰਕੇ ਸੋ ਇਸ ਕਰਕੇ ਉਹਨਾਂ ਦਾ ਆਪਣਾ ਤਰੀਕਾ ਹੈ ਸੋ ਐਸੇ ਲੀਡਰ ਨਾਲ ਡੀਲ ਕਰਨਾ ਦੂਜੀ ਜਿਹੜੀ ਮੈਂ ਕਹਿੰਦਾ ਜਿਹੜੀ ਗਲਤ ਗੱ ਇਹਨਾਂ ਨੇ ਆਪਣੇ ਆਪ ਦੇ ਆਲੇ ਦੁਆਲੇ ਜਿਹੜੇ ਬੰਦਿਆਂ ਨੇ ਇਹਨਾਂ ਨਾਲ ਐਸ चीफ ਮਿਨਿਸਟਰ ਗੁਜਰਾਤ ਚ ਕੰਮ ਕੀਤਾ ਉਹ ਬਹੁਤ ਜ਼ਿਆਦਾ ਬੰਦੇ ਇਹਨਾਂ ਨੇ ਸੈਂਟਰ ਚ ਲਿਆਂਦੇ ਆ ਸੋ ਜੇ ਤੁਸੀਂ ਸੈਂਟਰ ਚ ਆ ਜਾਓ ਇਹ ਜਿਹੜੀਆਂ ਗਲਤੀਆਂ ਕਰ ਰਹੇ ਨੇ ਆਮ ਤੌਰ ਤੇ ਜੇ ਤੁਸੀਂ ਦੇਖੋ بڑے ਥੋੜੇ चीफ ਮਿਨਿਸਟਰ ਹੈ ਜਿਹੜੇ ਕਿ ਬਹੁਤ ਵਧੀਆ ਪ੍ਰਾਈਮ ਮਿਨਿਸਟਰ ਬਣੇ ਨੇ ਜਿਹੜੇ ਚੰਗੇ ਪ੍ਰਾਈਮ ਮਿਨਿਸਟਰ ਬਣੇ ਹਨ ਨਹਿਰੂ ਜਾਂ ਵਜਪਾਈ ਉਹ ਕਦੇ ਸ਼ੀਵ ਮਿਨਿਸਟਰੀ ਨਹੀਂ ਸੀ ਕੀਤੀ चीफ ਮਿਨਿਸਟਰੀ ਦੀ ਨੌਕਰੀ ਫਰਕ ਹੈ ਉਹਨੂੰ ਅੰਗਰੇਜ਼ੀ ਚ ਕਹਿੰਦੇ ਆ ਬ੍ਰਿਕ ਐਂਡ ਮੋਟਰ ਉਹ ਇੱਟਾਂ ਜੋੜਨ ਦੀ ਹੈ ਆ ਸੜਕ ਬਣਾਤੀ ਆ ਕਰ ਦੋ ਬਿਜਲੀ ਦਾ ਕਨੈਕਸ਼ਨ ਦੇ ਦੋ ਨੌਕਰੀ ਦੇ ਦੋ ਰਾਣਾ ਕਰ ਦੋ ਭਰਤੀ ਕਰ ਲੋ ਪੁਲਿਸ ਦੀ ਲੇਕਿਨ ਉਹ ਜਿਹੜੀ ਹੈ ਵੱਡੇ ਖਿਆਲਤ ਦੀ ਨੌਕਰੀ ਤਾਂ ਹੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਇਕਨੋਮਿਕ ਵਾਲੀ ਰੋਡ ਆ ਜਿਹੜੀ ਉਹ ਡਗਮਗਾ ਗਈ ਹੈ ਜਿਹੜੇ ਵਿਦੇਸ਼ੀ ਧਰਤੀਆਂ ਨਾਲ ਸਾਡੇ ਰਿਸ਼ਤੇ ਆ ਜਿਹੜੇ ਉਹ ਵੀ ਡਗਮਗਾਏ ਆ ਇਹੀ ਵਜ੍ਹਾ ਮੰਨਦੇ ਹੋ ਕਿਉਂਕਿ ਪਾਲਿਸੀ ਉਹੀ ਹੈ ਫੋਰਨ ਪਾਲਿਸੀ ਜਿਹੜੀ ਵਿਦੇਸ਼ ਨੀਤੀ ਹੁੰਦੀ ਹੈ ਉਹ ਬਦਲਦੀ ਨਹੀਂ ਪ੍ਰਧਾਨ ਮੰਤਰੀਆਂ ਨਾਲ ਬੜੀ ਥੋੜੀ ਫਰਕ ਪੈਂਦਾ ਨਰਸਿਮਹਰਾਓ ਨੇ ਬਦਲੀ ਸੀ ਕਿਉਂਕਿ ਦੁਨੀਆ ਬਦਲ ਗਈ ਸੀ ਸੋਵੀਟ ਯੂਨੀਅਨ ਟੁੱਟ ਗਿਆ ਕੋਲਡ ਵਾਰ ਖਤਮ ਹੋ ਗਈ ਸ਼ੀਤਲ ਯੁੱਧ ਤਾਂ ਉਸ ਕਰਕੇ ਨਰਸੇਮਰਾਉ ਨੂੰ ਬਦਲ ਨਹੀਂ ਪਈ ਨਹੀਂ ਨਰਸੇਮਰਾਉ ਪਹਿਲਾਂ ਫੋਰਮ ਮਿਨਿਸਟਰੀਆ ਸੀ ਉਹਦੋਂ ਨਵਦਲ ਲੀਓ ਨੇ ਤਾਂ ਇਸ ਕਰਕੇ ਕਈ ਵਾਰ ਜੇ ਦੁਨੀਆ ਬਦਲ ਜੇ ਤੁਸੀਂ ਬਦਲ ਦਿੰਦੇ ਹੋ ਲੇਕਿਨ ਜਿਹੜੀ ਵਿਦੇਸ਼ ਨੀਤੀ ਹੈ ਔਰ ਆਮ ਤੌਰ ਤੇ ਦਰਿਆ ਦੀ ਤਰ੍ਹਾਂ ਚਲਦੀ ਰਹਿੰਦੀ ਮੋਦੀ ਜੀ ਨੇ ਉਹਨੂੰ ਇੱਕ ਆਪਣਾ ਪਰਸਨਲਾਈਜ਼ਡ ਸਟਾਈਲ ਕਰ ਲਿਆ ਕੱਪੜੇ ਪਾ ਕੇ ਜੱਫੀ ਪਾ ਕੇ ਫਿਰ ਇਹਨੇ ਡਾਇਸਪੋਰਾ ਨੂੰ ਬਹੁਤ ਜ਼ਿਆਦਾ ਅੰਦਰ ਲਿਆਂਦਾ ਉਹਨਾਂ ਦੇ ਨਾਲ ਵੱਡੇ ਵੱਡੇ ਫੰਕਸ਼ਨ ਉੱਥੇ ਨਾਰੇ ਉਥੇ ਲੋਕਲ ਪੋਲੀਟੀਸ਼ੀਨ ਨੂੰ ਬੁਲਾ ਕੇ ਦਿਖਾਣਾ ਦੇਖੋ ਇਹ ਲੋਕ ਮੇਰੇ ਨਾਲ ਨੇ ਇਹ ਇੱਕ ਨਵਾਂ ਉਹਨਾਂ ਨੇ ਸਟਾਈਲ ਚੇਂਜ ਕੀਤਾ ਹੈ इवन ਮੈਨੇ ਇਵੈਂਟ ਮੈਨੇਜਮੈਂਟ ਉਹ ਤਾਂ ਕਹਿੰਦੇ ਉਹ ਸ਼ੂਰੀ ਸਾਹਿਬ ਨੇ ਕਿਹਾ ਹੀ ਹੈ ਸ਼ੂਰੀ ਸਾਹਿਬ ਕਹਿੰਦੇ ਦਿਸ ਇ ਕਾਂਗਰਸ ਪਲੱਸ ਦ ਕਾਉ ਸੋ ਤੁਸੀਂ ਕਹਿ ਰਹੇ ਹੋ ਇਟਸ 올 ਫੋਰਨ ਪੋਲੀਸੀ ਪਲੱਸ ਇਵੈਂਟ ਮੈਨੇਜਮੈਂਟ ਸਰ ਕੇਸ ਸਿੰਘ ਜੀ ਤੁਸੀਂ ਹੁਣ ਕਿੱਥੇ ਆਉਦੇ ਆਪ ਨੂੰ ਸਟੈਂਡ ਕਰਦੇ ਹੋ ਤੁਸੀਂ ਲੀਡਰ ਬੰਨਾ ਪੋਲੀਟਿਕਸ ਦੇ ਵਿੱਚ ਜਾਣਾ ਜਾਂ ਸਿਰਫ ਇੱਕ ਪ੍ਰੈਸ਼ਰ ਗਰੁੱਪ ਆ ਜਿਹੜਾ ਉਹ ਤਿਆਰ ਕਰਨਾ ਆ ਦੇਖੋ ਜਦ ਮੈਂ ਪੰਜਾਬ ਤੇ ਦੇਖਦੇ ਆ ਕਿ ਵੀ ਹਲੇ ਕੁਝ ਸਾਲ ਬਚੇ ਐ ਤੰਦਰੁਸਤ ਐ ਹਲੇ ਵੀ ਦਿਮਾਗ ਤੇ ਜਿਸਮ ਚੱਲ ਰਹੇ ਐ ਤਾਂ ਇਸ ਕਰਕੇ ਜੋ ਪੰਜਾਬ ਦੀ ਮੈਂ ਹਾਲਤ ਦੇਖ ਰਹੇ ਹਾਂ ਜਿਸ ਚੀਜ਼ ਤੇ ਮੈਨੂੰ ਰੋਸ ਆਇਆ ਕਿ ਇਹਦੇ ਦੇਖੋ 20 ਸਾਲ ਜੇ ਪਿਛਲੇ ਤੁਸੀਂ ਲੋਕ ਉਦੋਂ ਪਿੱਛੇ ਨਾ ਜਾਈਏ ਇੱਕ ਮਹੀਸਾਦੀ ਤੇ ਦੋ ਹੀ ਕੈਪਟਨ ਸਾਹਿਬ ਨੇ ਬਾਦਲ ਫੈਮਿਲੀ ਐ ਪਹਿਲਾਂ 5 ਸਾਲ ਇਹਨਾਂ ਨੇ ਕੀਤੇ 10 ਸਾਲ ਉਹਨਾਂ ਨੇ ਕੀਤੇ 5 ਸਾਲ ਇਹਨਾਂ ਨੇ ਕੀਤੇ 20 ਸਾਲ ਤਾਂ ਬਹੁਤ ਅਰਸਾ ਹੁੰਦਾ ਉਜੇ ਪੰਜਾਬ ਜਿੱਥੇ ਹੁਣ ਪਹੁੰਚਿਆ ਹੋਇਆ ਹੈ ਉਹਦੇ ਚ ਇਹ ਦੋ ਫੈਮਲੀਆ ਨੇ ਜਿਨ੍ਹਾਂ ਨੇ 20 ਸਾਲ ਰਾਜ ਕੀਤਾ ਉਹਨਾਂ ਨੂੰ ਹੁਣ ਕਹਿਣਾ ਕਿ ਸਾਨੂੰ ਪਤਾ ਨਹੀਂ ਕਿਉਂ ਹੈ ਤੇ ਕੌਣ ਜਿਹੜੇ ਸੰਕਟ ਸਾਡ ਨੂੰ ਨਜ਼ਰ ਆ ਰਹੇ ਐ ਇਸ ਵੇਲੇ ਕਿਹੜੇ ਇੱਕ ਨੇੜੇ ਦੇ ਸੰਕਟ ਨੇ ਇੱਕ ਦੂਰ ਦੇ ਸੰਕਟ ਨੇ ਨੇੜੇ ਦਾ ਸੰਕਟ ਕਿਸਾਨ ਬੈਠੇ ਨੇ ਉੱਥੇ ਆ ਉਹਦਾ ਕੀ ਇਲਾਜ ਨਿਕਲੇਗਾ ਉਹ ਸਾਰਾ ਸਟੇਟ ਦੇ ਹੱਥ ਚ ਨਹੀਂ ਹੈ ਲੇਕਿਨ ਇਹ ਮੁੱਦਾ ਹੈ ਸਾਹਮਣੇ ਦੂਸਰਾ ਹੈਗਾ ਜਿਹੜਾ ਆ ਆ ਗਿਆ ਬਿਜਲੀ ਦੀ ਤੋੜ ਜਿਹੜੀ ਪਈ ਹੈ ਪੰਜਾਬ ਚ ਇਹ ਕਿਉਂ ਹੋਇਆ ਹੁਣ ਸਿੱਧੂ ਸਾਹਿਬ ਕਹਿ ਰਿਹਾ ਜੀ ਮੈਂ ਆਉਂਗਾ ਤਾਂ ਮੈਂ ਸਾਰੇ ਕੰਟਰੈਕਟ ਕੈਨਸਲ ਕਰ ਦੂੰਗਾ ਪ੍ਰਾਈਵੇਟ ਵਾਲੇ ਉਹਦੇ ਨਾਲ ਤਾਂ ਬਿਜਲੀ ਨਹੀਂ ਆਉਗੀ ਉਹ ਤਾਂ ਕੋਈ ਇਲਾਜ ਨਹੀਂ ਹੈ ਇੱਕ ਤਰ੍ਹਾਂ ਨਾਲ ਤੁਸੀਂ ਆਪਣਾ ਗੁੱਸਾ ਘਟ ਸਕਦੇ ਹੋ ਉਹਨਾਂ ਤੇ ਕਹੋ ਕਿ ਭਾਈ ਤੁਸੀਂ ਬਿਜਲੀ ਕਿਉਂ ਨਹੀਂ ਦਿੱਤੀ ਇਹ ਜ਼ਰੂਰ ਹੈ ਕਿਉਂਕਿ ਮੌਨਸੂਨ ਲੇਟ ਹੋ ਗਈ ਹੈ ਤੇ ਸਾਡੀ ਡਿਮਾਂਡ ਕੋਈ 1000 1500 ਮੀਗਾਵਾਟ ਵੱਧ ਗਈ ਹੈ ਲੇਕਿਨ ਇਹ ਸਿਸਟਮ ਦੇ ਅੰਦਰ ਇਹ ਗੁੰਜਾਇਸ਼ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਤੜੀ ਸੁਣੇ ਹਰੇਕ ਸਾਲ ਹੀ ਆਈ ਜਾਊਗੀ ਮੌਨਸੂਨ ਹੋ ਸਕਦਾ ਨਹੀਂ ਆਂਦੀ ਤਾਂ ਕਿੱਥੇ ਥੋੜੀ ਸਰਪਲਸ ਕਪੈਸਿਟੀ ਇੱਕ ਤਾਂ ਗੱਲ ਇਹ ਹੈ ਦੂਜੀ ਦੂਜੀ ਪ੍ਰਾਈਵੇਟ ਕੰਪਨੀਆਂ ਨੂੰ ਲਿਆਏ ਪਿਛਲੇ 20 ਸਾਲ ਤੋਂ ਗੱਲ ਇਹ ਚੱਲ ਰਹੀ ਹੈ ਕਿ ਹੌਲੀ-ਹੌਲੀ ਕੋਲੇ ਤੋਂ ਹਟਣਾ ਹੈ ਇਹਦਾ ਵਾਯੂ ਤੇ ਤੇ ਵਾਤਾਵਰਣ ਤੇ ਅਸਰ ਪੈ ਰਿਹਾ ਸਾਰੀ ਦੁਨੀਆ ਹਟ ਰਹੀ ਹੈ ਤੁਸੀਂ ਰੀਨਿਊਏਬਲਸ ਕਣੀ ਜਾਣਾ ਉਹ ਪੰਜਾਬ ਬੜਾ ਘਟ ਗਿਆ ਉਧਰ ਨੂੰ ਰੀਨਿਊਏਬਲਸ ਕਣੀ ਜਿਹੜੀ ਮੂਵਮੈਂਟ ਪੰਜਾਬ ਬਾਇਓਮਾਸ ਲੋ ਤੁਸੀਂ ਆ ਮਹਾਰਾਸ਼ਟਰ ਕੋਈ 1500 ਮੈਗਾਵਾਟ ਬਾਇਓਮਾਸ ਜਿਹੜਾ ਬਚਿਆ ਹੋਇਆ ਗੰਨੇ ਚੋਂ ਹੋਰ ਫੂਸ ਬਚ ਗਿਆ ਤੂੜੀ ਬਚ ਗਈ ਇਹਨਾਂ ਚੋਂ 1500 ਮੈਗਾਵਾਟ ਬਣਾ ਰਹੇ ਹੈ ਪੰਜਾਬ ਬਣਾ ਰਿਹਾ 62 ਮੈਗਾਵਾਟ ਹਰਿਆਣਾ ਦਾ ਵੀ ਇਥੋਂ ਤੋਂ ਜ਼ਿਆਦਾ ਹੋਣਾ ਹੈ ਯੂਪੀ ਦਾ ਹੋਣਾ 5600 ਕਿਉਂ ਪਿੱਛੇ ਤੁਸੀਂ ਉਹਦੇ ਰਹਿ ਗਏ ਤੁਸੀਂ ਸਿਰਫ ਫ੍ਰੀ ਬੀਜ਼ ਹੱਲ ਨਹੀਂ ਮੰਨਦੇ ਤੁਸੀਂ ਦੇਖੋ ਫ੍ਰੀ ਬੀਜ਼ ਦੇ ਨਾਲ ਕੋਈ ਇਕਨੋਮਿਕ ਮਾਡਲ ਨਹੀਂ ਹੈ ਫ੍ਰੀ ਬੀਜ਼ ਜੇ ਐਸੇ ਬੰਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਇਸ ਵੇਲੇ ਆਪਣੀ ਦੋ ਵਾਰ ਦੀ ਰੋਟੀ ਨਹੀਂ ਖਾ ਰਹੇ ਉਹਨਾਂ ਦੀ ਤੁਹਾਨੂੰ ਮਦਦ ਕਰਨੀ ਪੈਗੀ ਸਟੇਟ ਰੂਥਲੈਸ ਬਿਲਕੁਲ ਇਹ ਵੀ ਨਹੀਂ ਹੋ ਸਕਦੀ ਕਿ ਸਾਨੂੰ ਕੋਈ ਪਰਵਾਹ ਨਹੀਂ ਜੇ ਕੋਈ ਭੁੱਖਾ ਮਰ ਰਿਹਾ ਤਾਂ ਸਾਨੂੰ ਕੋਈ ਚਲੋ 1 ਸਾਲ ਮੈਂ ਹੋਰ ਕਰਦਾ ਫਿਰ ਮੈਂ ਬ੍ਰੇਕ ਲੈਣੀ ਹੈ ਪੰਜਾਬ ਦੀ ਪੋਲਿਟਿਕਸ ਵਿੱਚ ਕੇਸੀ ਸਿੰਘ ਹਰਣਾ ਨੇ ਆਪਦੇ ਆਪ ਨੂੰ ਸਥਾਪਿਤ ਕਰਨਾ ਜਾਂ ਨੈਸ਼ਨਲ ਪੋਲਿਟਿਕਸ ਵਿੱਚ ਮੈਂ ਤੁਸੀ ਇੱਕ ਵਾਰੀ ਪੰਜਾਬ ਦੀ ਪੋਲਿਟਿਕਸ ਵਾਸਤੇ ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਈ ਹੈ ਉਹ ਕਿੱਥੇ ਖੜਾ ਆ ਉਹ ਅਗਲੇ ਹਫਤੇ 10 ਦੇ ਵਿੱਚ 10 ਦਿਨ ਦੇ ਵਿੱਚ ਜ਼ਾਹਰ ਹੋਏਗਾ ਮੈਂ ਕਿਹਾ ਕਿ ਸਿੱਧੀ ਪੋਲਿਟੀਕਲ ਪਾਰਟੀ ਕੋਈ ਨਹੀਂ ਬਣਾਉਣੀ ਚਾਹੀਦੀ ਪਹਿਲਾਂ ਤੁਸੀਂ ਜਿਵੇਂ ਅਸੀਂ ਉੱਥੇ ਮੰਚ ਹੈਗਾ ਇੱਥੇ ਮੰਚ ਬਣਾਓ ਮੰਚ ਤੇ ਬੰਦੇ ਇਹੋ ਜਿਹੇ ਇਕੱਠੇ ਕਰੋ ਜਿਨ੍ਹਾਂ ਦੇ ਚਿਹਰੇ ਲੋਕ ਦੇਖ ਕੇ ਇਹ ਮਹਿਸੂਸ ਕਰਨ ਕਿ ਇਹ ਬੰਦੇ ਪੰਜਾਬ ਨੂੰ ਕਿਤੇ ਸਹੀ ਦਿਸ਼ਾ 'ਚ ਲਿਜਾ ਸਕਦੇ ਆ ਫਿਰ ਉਹਨੂੰ ਦੇਖਾਂਗੇ ਇਹ ਗੱਲਬਾਤ ਕਰਨ ਅੱਗੇ ਆਪਣੀ ਗੱਲ ਵਧਾਉਣ ਫਿਰ ਦੇਖਾਂਗੇ ਲੋਕਾਂ ਦਾ ਕੀ ਰਿਐਕਸ਼ਨ ਆਉਂਦਾ ਹੈ ਜੇ ਲੋਕ ਚਾਹੁੰਦੇ ਆ ਤਬਦੀਲੀ ਚਾਹੁੰਦੇ ਆ ਨਵੇਂ ਚਿਹਰੇ ਚਾਹੁੰਦੇ ਆ ਫਿਰ ਤਾਂ ਇਹਨੂੰ ਅੱਗੇ ਵਧਾਈਏ ਐਵੇਂ ਪਹਿਲਾਂ ਬੱਸ ਲਿਆ ਕੇ ਖੜੀ ਕਰ ਦਈਏ ਜੀ ਆਓ ਜੀ ਇਸ ਵਾਰੀਆਂ ਪਰੋਣ ਬੱਸ ਦੇ ਵਿੱਚ ਉਹ ਤਾਂ ਪੋਲਿਟਿਕਲ ਪਾਰਟੀ ਬਣਦੀ ਨਹੀਂ ਉਦੋਂ ਨਾਲ ਤੋਂ ਹੁਣ ਜੇ ਪੰਜਾਬ ਤਬਦੀਲੀ ਤੇ ਨਵੇਂ ਚਿਹਰੇ ਚਾਹੁੰਦਾ ਤਾਂ ਹੌਲੀ ਹੌਲੀ ਪੰਜਾਬ ਨੂੰ ਦਿਖਾਉਣਾ ਚਾਹੀਦਾ ਨਾ ਕਿ ਅਸੀਂ ਦਿਸ਼ਾ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਆਵਾਜ਼ ਥੱਲੋਂ ਸੁਣਾਈ ਦੇ ਰਹੀ ਹੈ ਮੈਨੂੰ ਇਸ ਗੱਲ ਤੋਂ ਪਤਾ ਲੱਗਿਆ ਕਿ ਮੈਂ ਪੰਜਾਬੀ ਦਾ ਟੀਵੀ ਪਹਿਲਾਂ ਨਹੀਂ ਸੀ ਕਰਦਾ ਫਿਰ ਮੈਂ ਪਿਛਲੇ ਕੋਈ 4-5 ਮਹੀਨੇ 3-4 ਮਹੀਨੇ ਦੇ ਜਦ ਇਹ ਵਿਚਾਰ ਆਪਣੇ ਰੱਖਣੇ ਸ਼ੁਰੂ ਕੀਤੇ ਪੰਜਾਬੀ ਟੀਵੀ ਤੇ ਤਾਂ ਉਹਦਾ ਜਿਹੜਾ ਰਿਐਕਸ਼ਨ ਆਇਆ ਜਿਸ ਤਰੀਕੇ ਨਾਲ ਉਹ ਟੇਪ ਗਏ ਉਹ ਲੋਕਾਂ ਨੇ ਕਿਹਾ ਕਿ ਜੀ ਸਾਨੂੰ ਚਾਹੀਦੀਆਂ ਇਹ ਜੀਆਂ ਆਵਾਜ਼ਾਂ ਚਾਹੀਦੀਆਂ ਉਹਨੇ ਉत्साਹ ਕੀਤਾ ਕਿ আচ্ছা ਚਲੋ ਫਿਰ ਇਹਨੂੰ ਅੱਗੇ ਵਧਾ ਕੇ ਦੇਖਦੇ ਹਾਂ ਜੇ ਪੰਜਾਬ ਤਿਆਰ ਹੈ ਫਿਰ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਕਹਿਣ ਹੁਣ ਸਾਡੇ ਕੋਲ ਤਿੰਨ ਹੀ ਹੈ ਕੀ ਨੂੰ ਪਾਈਏ ਸੀ ਵੋਟ ਚ ਇਹਨੂੰ ਨਹੀਂ ਪਾਣੀ ਇਹਨੂੰ ਨਹੀਂ ਪਾਣੀ ਤਾਂ ਇਹਨੂੰ ਪਾ ਪੰਜਾਬ ਤਿਆਰ ਹੈ ਤੇ ਕੇਸ ਸਿੰਘ ਵੀ ਤਿਆਰ ਹੈ ਤਾਂ ਕੇਸ ਸਿੰਘ ਇਕੱਲਾ ਨਹੀਂ ਕੇਸ ਸਿੰਘ ਨੂੰ ਇੱਕ ਟੀਮ ਬਣਾ ਕੇ ਨਾਲ ਚੱਲਣਾ ਚਾਹੀਦਾ ਉਹ ਇਹ ਜੇ ਬੰਦੇ ਹੋਣੇ ਚਾਹੀਦੇ ਇਕੱਲਾ ਜ਼ਰੂਰੀ ਨਹੀਂ ਉਹਦੇ ਚ ਕੋਈ ਇੱਕ ਬੰਦਾ ਚੀਫ ਮਿਨਿਸਟਰ ਬਣਨਾ ਨਹੀਂ ਕਿਉਂਕਿ ਚੀਫ ਮਿਨਿਸਟਰੀ ਬੜੀ ਛੋਟੀ ਚੀਜ਼ ਹੈ ਅੱਜ ਮੈਂ ਕਹਿੰਦਾ ਕੋਈ ਵੀ ਚੀਫ ਮਿਨਿਸਟਰ ਬਣ ਜੇ ਜੇ ਦਿੱਲੀ ਦੀ ਸਰਕਾਰ ਦਿੱਲੀ ਦੇ ਵਿੱਚ ਮੋਦੀ ਸਾਹਿਬ ਬੈਠੇ ਹੈ ਤਾਂ ਕਿਸਾਨਾਂ ਦਾ ਤੁਸੀਂ ਕੋਈ ਹੱਲ ਲੱਭ ਲੋਗੇ ਨਹੀਂ ਉਹ ਚੀਫ ਮਿਨਿਸਟਰ ਵੀ ਉੱਥੇ ਰਹਿ ਜਾਊਗਾ ਮੁੱਦਾ ਜਿਹੜਾ ਇਹਦੇ 'ਚ ਅਸੀਂ ਰਾਸ਼ਟਰੀ ਮੰਚ ਉਧਰ ਨੂੰ ਉਠਾਇਆ ਫੈਡਰਲਿਜ਼ਮ ਦਾ ਅਸੀਂ ਕਹਿੰਦੇ ਇਹਨੂੰ ਉਠਾਓ ਸਾਰੀਆਂ ਸਟੇਟਾਂ ਰੋਲਾ ਪਾਣ ਜੀਐਸਟੀ ਕਰਕੇ ਤੁਹਾਡੇ ਜਿਹੜੇ ਟੈਕਸ ਹੈ ਉਹ ਘਟ ਗਏ ਹੈ ਤੁਹਾਡੇ ਕੋਲ ਪੈਸੇ ਹੈ ਨਹੀਂ ਤੁਸੀਂ ਤੁਹਾਡੇ ਬਜਟ ਘਟ ਗਏ ਹੈ ਤਾਂ ਇਸ ਕਰਕੇ ਇਹ ਜਿਹੜੇ ਜੱਤਾਂ ਹੀ ਸਟੇਟਾਂ ਘਟੀਆਂ ਹੋ ਕੇ ਇਹ ਨਹੀਂ ਕਹਿੰਦੀਆਂ ਕਿ ਬਈ ਸਟੇਟਾਂ ਦਾ ਜਿਹੜਾ ਸਾਡੀਆਂ ਵੀ ਤਾਕਤਾਂ ਤੁਸੀਂ ਛਿੰਨੀ ਜਾ ਰਹੇ ਹੋ ਉਹਦੇ ਬਿਨਾ ਕੋਈ ਤੁਸੀਂ ਜੁ ਮਿਨਿਸਟਰੀ ਵੀ ਬਣ ਕੇ ਉਹਦਾ ਕੋਈ ਹੱਲ ਨਹੀਂ ਨਿਕਲੇਗਾ ਬਹੁਤ ਵਧੀਆ ਮੁੱਦਾ ਛੁਆਇਆ ਤੁਸੀਂ ਫੈਡਰਲ ਸਟਰਕਚਰ ਦਾ ਇੱਕ ਹੋਰ ਛੋਟਾ ਬ੍ਰੇਕ ਲਾਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕੇਸੀ ਸਿੰਘ ਹਰਾ ਤੋਂ ਹੋਰ ਵੀ ਸੋਲਵ ਕਰਨੇ ਹੈਗੇ ਫੈਡਰਲ ਸਟਰਕਚਰ ਅਕਸਲ ਵਿੱਚ ਜਿਹੜੇ ਖੇਤੀਬਾੜੀ ਕਰੂਣਾਂ ਦਾ ਮੁੱਦਾ ਹੈਗਾ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਪੋਲੀਟੀਕਲ ਪਾਰਟੀਆਂ ਇਸ ਮੁੱਦੇ ਨੂੰ ਚੁੱਕਣ ਤੋਂ ਗਰੇਜ ਕਰਦੀਆਂ ਪਈਆਂ ਪਤਾ ਨਹੀਂ ਕਿਉਂ ਸੰਘੀ ਢਾਂਚੇ ਦੀ ਗੱਲ ਕਿਉਂ ਨਹੀਂ ਕਰਦੇ ਪਈਆਂ ਫਿਰ ਕਹਿੰਦੇ ਸਾਡਾ ਸੰਘ ਕੁੱਟਿਆ ਗਿਆ ਸਵਾਲ ਸੰਘ ਤੇ ਵੀ ਠਾਉਂਦੇ ਆ ਫਿਰ ਵਾਪਸ ਆ ਰਹੇ ਇੱਕ ਵਾਰ ਫੇਰ ਥੋੜਾ ਸਵਾਦ ਕਰਦੇ ਆਂ ਤੇ ਕੇਸੀ ਸਿੰਘ ਹਰੀ ਸਾਡੇ ਨਾਲ ਮੌਜੂਦ ਹੈ ਕਿ ਕੇਸੀ ਸਿੰਘ ਹਰਾ ਦਾ ਬਹੁਤ ਲੰਬਾ ਤਜਰਬਾ ਬੜੇ ਤਰੀਕੇ ਨਾਲ ਇਹ ਸਭ ਕੁਝ ਆਪਦੇ ਕਾਲਮ ਵੀ ਲਿਖਦੇ ਹੈ ਕਿ ਅਸੀਂ ਇਹਨਾਂ ਨੂੰ ਪੜ੍ਹਦੇ ਰਹਿਣੇ ਹੈਗੇ ਇਕਨੋਮਿਕਸ ਬਾਰੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਹੈਗੀ ਹੈ ਵਿਦੇਸ਼ ਨੀਤੀ ਬਾਰੇ ਵੀ ਇਹਨਾਂ ਨੂੰ ਸਮਝ ਹੈਗੀ ਹੈ ਤੇ ਭਾਰਤ ਅਮਰੀਕਾ ਤੇ ਪਾਕਿਸਤਾਨ ਬਾਰੇ ਵੀ ਸਮਝ ਹੈਗੀ ਹੈ ਉਹ ਮੁੱਦੇ ਕਿਸੇ ਦਿਨ ਫਿਰ ਉਹਨਾਂ ਤੇ ਚਰਚਾ ਕੀਤੀ ਜਾਊਗੀ ਪਰ ਅੱਜ ਅਸੀਂ ਗੱਲ ਕਰ ਰਹੇ ਆਂ ਪੋਲਿਟਿਕਸ ਦੀ ਕੇਸੀ ਸਿੰਘ ਜੀ ਕੈਪਟਨ ਰਿੰਦਰ ਸਿੰਘ ਬਾਰੇ ਵੀ ਤੁਸੀਂ ਜਾਣਦੇ ਹੋ ਪ੍ਰਕਾਸ਼ ਸਿੰਘ ਬਾਦਲ ਹਰਾ ਬਾਰੇ ਵੀ ਜਾਣਦੇ ਹੋ ਨਵਜੋਤ ਸਿੰਘ ਸਿੱਧੂ ਬਾਰੇ ਵੀ ਜਾਣਦੇ ਹੋ ਇਹ ਲੋਕ ਜਦੋਂ ਕੈਪਟਨ ਰਣ ਸਿੰਘ ਜਾਂ ਪ੍ਰਕਾਸ਼ ਸਿੰਘ ਪਾਦ ਜਿੰਨਾ ਤੁਸੀਂ ਗੱਲ ਕਰ ਰਹੇ ਹੋ 20-25 ਵਰਿਆਂ ਦਾ ਜਿਹੜਾ ਕਾਲ ਹੈ ਪੰਜਾਬ ਦਾ ਇਹ ਜਦੋਂ ਫੋਰਨ ਜਾਂਦੇ ਸੀਗੇ ਇੱਕ ਦੋ ਵਾਰੀ ਮੇਰਾ ਖਾਲਾ ਮੁਲਾਕਾਤ ਤੁਹਾਡੇ ਨਾਲ ਵੀ ਹੋਈ ਹੈ ਇੱਕ ਦੋ ਮੀਟਿੰਗ ਤੁਸੀਂ ਵੀ ਅਰੇਂਜ ਕਰਾਈਆਂ ਹੈਗੀਆਂ ਉਦੋਂ ਪੰਜਾਬ ਲਈ ਕੀ ਮੰਗਦੇ ਸੀ ਉੱਥੇ ਜਾ ਕੇ ਦੇਖੋ ਬਾਦਲ ਸਾਹਿਬ ਆਏ ਸੀਗੇ 2000 ਆਏ ਆ 2001 ਤੇ ਸ਼ੁਰੂ ਚ ਲੇਕਿਨ ਉਹ ਅਫੀਸ਼ੀਅਲ ਵਿਜ਼ਿਟ ਨਹੀਂ ਸੀ ਇਹਨਾਂ ਦੀ ਸੋ ਇਸ ਕਰਕੇ ਉਹ ਸਰਕਾਰ ਦੇ ਨਾਲ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੋਈ ਲੇਕਿਨ ਇਹਨਾਂ ਨੇ ਸਾਰਾ ਕਮਾਇਆ ਔਰ ਮੈਨੂੰ ਯਾਦ ਹੈ ਉਸ ਵੇਲੇ ਮੈਂ ਇਹਨਾਂ ਨੂੰ ਦੋ ਚੀਜ਼ਾਂ ਕਹੀਆਂ ਮੈਂ ਕਿਹਾ ਜੀ ਦੇਖੋ ਆ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਸਿੱਖ ਮੁੰਡੇ ਲੇਬਰ ਲਈ ਆ ਰਹੇ ਨੇ ਇਹ ਕੋਈ 20 ਸਾਲ ਪੁਰਾਣੀ ਗੱਲ ਹੈ ਮੈਂ ਕਿਹਾ ਆਪਣਾ ਮਾਡਲ ਫੇਲ ਹੈ ਪੰਜਾਬ ਦਾ ਜਿਹੜਾ ਆਪਾਂ ਚਲਾ ਰਹੇ ਆ ਉਹ ਠੀਕ ਨਹੀਂ ਹੈ ਕਿਉਂਕਿ ਇਹ ਪਹਿਲਾਂ ਨਹੀਂ ਸੀ ਆਉਂਦੇ ਹੋਰ ਸਟੇਟਾਂ ਦੇ ਬੰਦੇ ਇੱਥੇ ਆ ਕੇ ਲੇਬਰ ਕਰਦੇ ਸੀ ਜੇ ਇਹਨਾਂ ਨੇ ਲੇਬਰ ਹੀ ਕਰਨੀ ਹੈ ਤਾਂ ਫਿਰ ਪੰਜਾਬ 'ਚ ਕਿਉਂ ਨਹੀਂ ਕਰਦੇ ਆਪਣੀ ਖੇਤਾਂ 'ਚ ਜਾਂ ਦੂਜੀਆਂ ਇਹਦਾ ਮਤਲਬ ਉੱਥੇ ਲੇਬਰ ਵੀ ਨਹੀਂ ਮਿਲ ਰਹੀ ਹੈ ਇਹਨਾਂ ਨੂੰ ਜਾਂ ਆਪਣੇ ਘਰ ਘਰ ਵਾਲਿਆਂ ਦੇ ਸਾਹਮਣੇ ਲੇਬਰ ਨਹੀਂ ਕਰਨਾ ਚਾਹੁੰਦੇ ਦੂਰ ਆ ਕੇ ਲੇਬਰ ਕਰਨ ਨੂੰ ਤਿਆਰ ਨੇ ਔਰ ਐਸੀ ਮੌਸਮ ਚ ਜਿੱਥੇ ਗਰਮੀ ਵੀ ਜ਼ਿਆਦਾ ਹਿਊਮਿਡ ਵੀ ਹੈ ਮੌਸਮ ਵੀ ਠੀਕ ਨਹੀਂ ਹੈ ਤੋਂ ਉਹਨਾਂ ਨੇ ਸੁਣ ਲਈ ਗੱਲ ਲੇਕਿਨ ਉਹਦੇ ਤੇ ਕੁਝ ਕੀਤਾ ਜਾਂ ਨਹੀਂ ਕੀਤਾ ਮੈਨੂੰ ਨਹੀਂ ਮਾਲੂਮ ਅ ਦੂਸਰਾ ਕੈਪਟਨ ਸਾਹਿਬ ਨਾਲ ਮੈਂ ਉੱਥੇ ਡੀਲ ਨਹੀਂ ਕੀਤਾ ਕੈਪਟਨ ਸਾਹਿਬ ਨੂੰ ਇੱਥੇ ਜਾਣਦਾ ਕਿਉਂਕਿ ਮੈਂ ਜਦ ਸੀਗਾ ਉਸ ਦੌਰਾਨ ਨਹੀਂ ਆਂਦੇ ਸੀਗੇ ਯੂਈਏ ਚ ਜਦ ਆਏ ਉਦੋਂ ਮੈਂ ਇਰਾਨ ਚਲਾ ਗਿਆ ਸੀ ਜਾਂ ਫਿਰ ਮੈਂ ਦਿੱਲੀ ਸੀਗਾ ਕੈਪਟਨ ਸਾਹਿਬ ਪੜੇ ਲਿਖੇ ਨੇ ਉਹ ਸਾਰੀ ਗੱਲ ਸਮਝਦੇ ਆ ਉਹਨਾਂ ਨਾਲ ਕਈ ਵਾਰ ਗੱਲ ਕੀਤੀ ਹੈ ਪਿੱਛੇ ਮੈਂ ਜਨਵਰੀ ਚ ਗੱਲ ਕੀਤੀ ਮੈਂ ਇਮਰਾਤ ਤੋਂ ਆਇਆ ਸੀਗਾ ਆ ਕੇ ਗੱਲ ਕੀਤੀ ਮੈਂ ਕਹਾਂ ਜੀ ਇਹ ਦੱਸੋ ਉੱਥੋਂ ਦੇ ਬੰਦੇ ਚਾਹ ਰਹੇ ਆ ਕਿ ਸਪਲਾਈ ਚੇਨ ਜਿਵੇਂ ਉਹ ਟਰਕੀ ਤੋਂ ਉਹਨਾਂ ਨੇ ਖਰੀਦਦੇ ਬੰਦ ਕਰ ਲਏ ਫਰੂਟ ਤੇ ਵੈਜੀਟੇਬਲ ਉਹਨਾਂ ਦੀ ਉਹ ਆਪਸ ਵਿੱਚ ਲੜਾਈ ਸੁਣੀ ਸੁਣੀ ਕੈਂਪ ਦੇ ਵਿੱਚ ਲੜਾਈ ਵੱਧ ਗਈ ਉਹ ਈਰਾਨ ਦੇ ਨਾਲ ਚਲੇ ਗਏ ਉਹਨਾਂ ਨੇ ਕਿਹਾ ਅੱਛਾ ਤੁਹਾਡੇ ਤੋਂ ਅਸੀਂ ਨਹੀਂ ਲੈਣੇ ਫੂਲ ਤੇ ਵੇ ਉੱਥੇ ਤੇ ਸਾਰੇ ਬਾਹਰੋਂ ਆਉਂਦੇ ਆ ਔਰ ਯੂਏਈ ਚ ਦੁਬਈ ਐਸੀ ਜਗ੍ਹਾ ਹੈ ਕਿ ਆਪ ਵੀ ਇਸਤੇਮਾਲ ਕਰਦੇ ਨੇ ਔਰ ਉੱਥੋਂ ਫਿਰ ਸੈਂਟਰਲ ਏਸ਼ੀਆ ਔਰ ਹੋਰ ਦੇਸ਼ਾਂ ਚ ਜਾਂਦੇ ਆ ਸਪਲਾਈ ਬਾਹਰ ਜਾਂਦੀ ਦੁਬਈ ਚ ਤੇ ਉਹ ਸੋਚ ਰਹੇ ਸੀਗੇ ਕਿ ਹਿੰਦੁਸਤਾਨ ਦੇ ਵਿੱਚ ਫੂਡ ਸਿਕਿਉਰਿਟੀ ਜੀ ਨੂੰ ਕਹਿੰ ਉਹਦੇ ਲਈ ਅਸੀਂ ਸਪਲਾਈ ਰੂਟ ਕੋਈ ਬਣਾਈ ਹਿੰਦੁਸਤਾਨ ਚ ਹੋਰ ਦੇਸ਼ਾਂ ਚ ਬਣਾਈਏ ਤੇ ਉੱਥੋਂ ਮੈਂ ਆ ਕੇ ਉੱਥੇ ਐਂਬੈਸਡਰ ਮਿਲੇ ਹੋਰ ਬੰਦੇ ਮੈਨੂੰ ਮਿਲੇ ਮੈਂ ਕਿਹਾ ਜੀ ਤੁਸੀਂ ਸਾਰਿਆਂ ਤੋਂ ਪਹਿਲਾਂ ਇੱਕ ਪਲਾਨ ਬਣਾਓ ਪਲਾਨ ਹੈ ਤੁਹਾਡੇ ਕੋਲ ਕੋਈ ਇਹ ਕਹਿਣਾ ਕਿ ਮੋਦੀ ਨੇ ਕਾਨੂੰਨ ਬਣਾਤੇ ਫਲਾਣਾ ਕਰਤਾ ਉਹਨੂੰ ਛੱਡੋ ਸਾਰਿਆਂ ਨੂੰ ਮੈਂ ਕਹਿੰਦਾ ਜੀ ਨਹੀਂ ਵੀ ਕਾਨੂੰਨ ਬਣਦੇ ਇਹ ਜਿਹੜਾ ਸਾਡਾ ਪੰਜਾਬ ਦਾ ਮਾਡਲ ਹੈ ਇਹ ਕੀ ਐਵੇਂ ਚੱਲਿਆ ਜਾ ਸਕਦਾ ਨਹੀਂ ਸਾਡਾ ਪਾਣੀ ਇੰਦੇ ਸਤਰ ਗਿ ਲਿਆ ਜਾ ਰਿਹਾ ਹੈ ਪੋਲੂਸ਼ਨ ਹੋ ਰਹੀ ਹੈ ਓਵਰ ਸਪਲਾਈ ਹੈਗੀ ਇਹਦੀ ਝੋਨੇ ਦੀ ਤੇ ਕਣਕ ਦੀ ਇਹਨੂੰ ਕਿਵੇਂ ਬਦਲਣਾ ਹੈ ਇਹਨੂੰ ਹੌਲੀ ਹੌਲੀ ਤਬਦੀਲੀ ਕਿਵੇਂ ਲਿਆਉਣੀ ਹੈ ਤਾਂ ਕਿ ਸਬਜ਼ੀਆਂ ਜਾਂ ਫਲ ਜਾਂ ਫਰੂਟ ਇਹਦੇ ਵਿੱਚ ਕਿਵੇਂ ਲਿਆ ਸਕੀਏ ਉਹ ਮੈਂ ਕਹਾ ਬਾਹਰਲਾ ਤੁਹਾਨੂੰ ਕੋਈ ਪੈਸੇ ਇੰਜ ਤਜੋਰੀ ਚ ਪਾ ਕੇ ਨਹੀਂ ਤੁਹਾਡੇ ਪੈਸੇ ਦੇਗਾ ਤੁਹਾਡੀ ਪਲਾਨ ਹੋਣੀ ਚਾਹੀਦੀ ਹੈ ਪਲਾਨ ਕੀ ਹੈ ਉਹ ਕਹਿੰਦੇ ਅੱਛਾ ਮੈਂ ਗੱਲ ਕਰਦਾ ਆਪਣੀ ਸਰਕਾਰ ਨਾਲ ਬਣਾਵਾਂਗਾ ਪਲਾਨ ਹਲੇ ਤਾਈਂ ਤਾਂ ਮੈਨੂੰ ਨਹੀਂ ਪਤਾ ਚੱਲੀ ਸੋ ਇਸ ਕਰਕੇ ਜਦ ਤਾਈਂ ਇਹ ਸੋਚ ਪਹਿਲਾਂ ਅਸੀਂ ਨਹੀਂ ਲਿਆਉਂਦੇ ਕਿ ਸਾਡੀ ਜਿਹੜੀ ਐਨਰਜੀ ਬਣਾਉਣੀ ਹੈ ਉਹਦੇ ਚ ਕੋਲਾ ਹੀ ਜਾਲੀ ਜਾਣਾ ਇੱਥੇ ਫੇਰ ਆ ਜਿਹੜਾ ਸਾਡਾ ਬਚ ਰਿਹਾ ਹੈ ਪੋਲਿਊਸ਼ਨ ਦਿੱਲੀ ਚ ਹਰੇਕ ਸਰਦੀਆਂ ਚ ਸਭ ਗਾਲਾਂ ਕੱਢਦੇ ਆ ਉੱਥੇ ਜੀ ਅਸੀਂ ਤਾਂ ਕਹਿਣ ਲੱਪੀ ਸੀ ਪਾਕਿਸਤਾਨ ਨੂੰ ਬੀਚੀ ਦੇਣੀ ਅਸੀਂ ਦੇਖੋ ਜੇ ਤੁਸੀਂ ਮਹਿੰਗੇ ਰੇਟ ਤੇ ਖਰੀਦੀ ਜਾਓਗੇ ਪ੍ਰਾਈਵੇਟ ਬੰਦਿਆਂ ਨੂੰ ਲਿਆਓਗੇ ਦੇਖੋ ਇੱਕ ਨਤੀਜਾ ਇਸ ਤੋਂ ਨਿਕਲਦਾ ਹੈ ਕਿ ਸਰਕਾਰ ਆਪਣਾ ਕੰਟਰੋਲ ਨਹੀਂ ਛੱਡ ਸਕਦੀ ਪੂਰਾ ਜੇ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਵੀ ਲਿਆਓ ਲੇਕਿਨ ਇਹ ਨਹੀਂ ਕਰ ਸਕਦੇ ਜਿਹੜੇ ਤੁਹਾਡੇ ਆਪਣੇ ਯੂਨਿਟ ਹੈਗੇ ਆ ਥਰਮਲ ਯੂਨਿਟ ਉਹਨਾਂ ਨੂੰ ਹੌਲੀ 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 ਕਹਿ ਦਿਓ ਜੀ ਇਹ ਤਾਂ ਪੁਰਾਣੇ ਹੋ ਗਏ ਔਰ ਪ੍ਰਾਈਵੇਟ ਸੈਕਟਰ ਵਾਲੇ ਬਣਾਉਣਗੇ ਉਹਨਾਂ ਨੂੰ ਲਿਖ ਕੇ ਦੇ ਦਿਓ ਕਿ ਐਸ ਰੇਟ ਤੇ ਅਸੀਂ ਖਰੀਦ ਇਹ ਕਿੱਥੇ ਦੁਨੀਆ 'ਚ ਹੋਊਗਾ ਕਿ ਇੱਕ ਫਿਕਸ ਰੇਟ ਤੇ ਤੁਸੀਂ ਚਲੋ ਜੇ ਕੇਸੀ ਸਿੰਘ ਪੋਲਿਟਿਕਸ ਵਿੱਚ ਨਹੀਂ ਆਉਂਦੇਗੇ ਜਾਂ ਉਹ ਜੇ ਹਾਲਾਤ ਨਹੀਂ ਬਣਦੇ ਤਾਂ ਕੈਪਟਨ ਰਣ ਸਿੰਘ ਤੇ ਬਾਦਲ ਦੇ ਹੱਥਾਂ ਦੇ ਵਿੱਚ ਪੰਜਾਬ ਸੁਰੱਖਿਅਤ ਮੰਨਦੇ ਹੋ ਤੁਸੀਂ ਜਾਂ ਨਵਜੋਤ ਸਿੰਘ ਸਿੱਧੂ ਇਸ ਲਈ ਚੰਗਾ ਫੇਸ ਹੈ ਜਾਂ ਅਰਵਿੰਦ ਕੇਜਰੀਵਾਲ ਹਰਾਂ ਦੀ ਪਾਰਟੀ ਹੈ ਜਿਹੜੀ ਦੇਖੋ ਬਾਦਲ ਸਾਹਿਬ ਖੁਦ ਹੈ ਨਹੀਂਗੇ ਉਹ ਪਿਛਲੀਆਂ ਚੋਣਾਂ ਉਹਨਾਂ ਤੇ ਉਹਨਾਂ ਦੇ ਨਾਂ ਨੂੰ ਲੜਦੀਆਂ ਮੇਰੀ ਪ੍ਰੋਬਲਮ ਸੁਖਬੀਰ ਬਾਦਲ ਨਾਲ ਇਹ ਹੈ ਕਿ ਕਿਦਰੇ ਵੀ ਕਿਸੇ ਵੀ ਅ ਅੱਛੀ ਡੈਮੋਕ੍ਰੇਸੀ ਨੂੰ ਲਿਬਰਲ ਡੈਮੋਕ੍ਰੇਸੀ ਕਹਿੰਦੇ ਆ ਉਹਦੇ ਚ ਇਹ ਨਹੀਂ ਹੋ ਸਕਦਾ ਕਿ ਜਿਹੜਾ ਹੁਕਮਰਾਨ ਹੈ ਉਹ ਆਪਣੇ ਬਿਜ਼ਨਸਾਂ ਵੀ ਕਰੇ ਸਿਰਫ ਟਰੰਪ ਨੇ ਕੀਤਾ ਉਹ ਤੁਸੀਂ ਟਰੰਪ ਦਾ ਹੁਣ ਹਾਲਤ ਦੇਖ ਲਓ ਕੀ ਹੈ ਅਮਰੀਕਾ 'ਚ ਉਹ ਜੇਲ ਵੀ ਜਾ ਸਕਦਾ ਕਿਉਂਕਿ ਉਹਦੇ ਟੈਕਸ ਦੀ ਇਨਕੁਆਰੀ ਖੁੱਲੀ ਹੈ ਲੇਕਿਨ ਅਮਰੀਕਾ ਦਾ ਪ੍ਰੈਜ਼ੀਡੈਂਟ ਜਦ ਅਲੈਕਟ ਹੁੰਦਾ ਉਹਦੇ ਜਿਹੜੇ ਸ਼ੇਅਰ ਵੀ ਹੁੰਦੇ ਸੀ ਉਹ ਇੱਕ ਬਲਾਈਂਡ ਟਰਸਟ ਅੰਨੇ ਟਰਸਟ ਚ ਪਾ ਦਿੰਦੇ ਸੀ ਉਹਨੂੰ ਨਹੀਂ ਪਤਾ ਕਿ ਉਹਦੇ ਪੈਸੇ ਕਿਹੜੀ ਕੰਪਨੀ 'ਚ ਇਨਵੈਸਟ ਹੋ ਰਹੀ ਹੈ ਕਿਉਂਕਿ ਜਦੋਂ ਉਹ ਫੈਸਲਾ ਲਵੇ ਉਹ ਇਹ ਸੋਚ ਕੇ ਨਾ ਲਵੇ ਕਿ ਮੈਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਲੇਕਿਨ ਜੇ ਤੁਸੀਂ ਬਸਾਂ ਵੀ ਚਲਾਣੇ ਆ ਤੁਸੀਂ ਹੋਟਲ ਵੀ ਚਲਾਣੇ ਤੁਸੀਂ ਕੇਬਲ ਕੰਪਨੀਆਂ ਵੀ ਚਲਾਣੇ ਤਾਂ ਫਿਰ ਉਹ ਚਲਾਓ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਚਲਾਓ ਲੇਕਿਨ ਫਿਰ ਤੁਸੀਂ ਪਾਵਰ 'ਚ ਨਹੀਂ ਆਓ ਇਹ ਰੂਲ ਬਣਾ ਦੇਣਾ ਚਾਹੀਦਾ ਹੈ ਕਿ ਜਿਹਦੀਆਂ ਬਿਜ਼ਨਸਾਂ ਨੇ ਉਹ ਨਾ ਮੰਤਰੀ ਬਣੇਗਾ ਨਾ ਚੀਫ ਮੰਤਰੀ ਬਣੇਗਾ ਨਾ ਡਿਪਟੀ ਚੀਫ ਮੰਤਰੀ ਬਣੇਗਾ ਕੈਪਟਨ ਸਾਹ ਦਾ ਹੁਣੇ ਹੈ ਕਿ ਇਹਨਾਂ ਦੇ ਪਿਛਲੇ 5 ਸਾਲਾਂ 'ਚ ਦੇਖੀਏ ਇਹਨਾਂ ਕੋਈ ਨਏ ਇਹਨਾਂ ਕੋਲ ਚੀਜ਼ ਨਹੀਂ ਹੈ ਨਾ ਜੋ એનર્ਜੀ ਨਹੀਂ ਜਿਹੜੀ ਪਹਿਲਾਂ ਸੀ ਇੱਕ ਉਮਰ ਦਾ ਤਕਾਜ਼ਾ ਹੁੰਦਾ ਹੈ ਇੱਕ ਟਾਈਮ ਹੁੰਦਾ ਥੋੜਾ ਜਿਹਾ ਨਿਕਲ ਜਾਂਦਾ ਤੁਸੀਂ ਉਹਦੇ ਬਾਅਦ ਨਹੀਂ ਫਿਰ ਮਿਲਖਾ ਸਿੰਘ ਨੇ 올림픽 ਰਿਕਾਰਡ ਮੈਡਲ ਚਾਹੇ ਨਹੀਂ ਮਿਲਿਆ ਬੀਟ ਕਰਤਾ ਸੀ 1960 'ਚ 64 'ਚ ਪਿੱਛੇ ਗਿਰ ਗਿਆ ਜੋ ਹਰੇਕ 올림픽 'ਚ ਤੁਸੀਂ ਜਾ ਹੀ ਜਾਓ ਨੇਚਰਲੀ ਉੱਥੇ ਨਹੀਂ ਰਹੋਗੇ ਤਾਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਟਾਈਮ ਨਿਕਲ ਗਿਆ ਹੁਣ ਗੱਲ ਆਈ ਕੇਜਰੀਵਾਲ ਦੀ ਕੇਜਰੀਵਾਲ ਤਾਂ ਉਹੀ ਹੈ ਜੇ ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਹੈ ਤਾਂ ਆਪ ਪਾਰਟੀ ਦਾ ਵੀ ਦਿੱਲੀ ਹੈ ਉਹ ਤਾਂ ਚਿਹਰਾ ਲਿਆਉਣ ਨੂੰ ਨਹੀਂ ਤਿਆਰ ਪੰਜਾਬ 'ਚ ਕਿਹੜਾ ਚਿਹਰਾ ਹੋਏਗਾ ਪੰਜਾਬ ਮੰਗ ਰਿਹਾ ਇੱਕ ਰੀਜਨਲ ਪਾਰਟੀ ਆਪ ਰੀਜਨਲ ਪਾਰਟੀ ਨਹੀਂ ਹੈ ਆਪ ਇੱਕ ਨੈਸ਼ਨਲ ਪਾਰਟੀ ਹੈ ਉਹ ਫਾਇਦਾ ਉਠਾਉਣਾ ਚਾਹੁੰਦੀ ਹੈ ਇੱਕ ਰੀਜਨ ਦਾ ਕਿਉਂਕਿ ਹੋਰ ਜਗ੍ਹਾ ਉਹਦੀ ਰੋਟੀ ਨਹੀਂ ਸਿੱਖਦੀ ਸੋ ਇਸ ਕਰਕੇ ਇਹ ਤਿੰਨਾਂ ਦੀ ਜਗ੍ਹਾ ਪੰਜਾਬ ਦੇ ਵਿੱਚ ਐਸੇ ਐਸ ਫਲੇ ਲੋੜ ਹੈ ਇੱਕ ਤਕੜੀ ਰੀਜਨਲ ਪਾਰਟੀ ਦੀ ਜਿਹੜੀ ਇੱਕ ਫੈਮਿਲੀ ਦੇ ਕੰਟਰੋਲ 'ਚ ਨਾ ਹੋਵੇ ਇੱਕ ਬੰਦੇ ਦੇ ਕੰਟਰੋਲ 'ਚ ਨਾ ਹੋਵੇ ਲੇਕਿਨ ਇੱਕ ਖੇਤਰ ਦੇ ਇੰਟਰਸ ਪੰਜਾਬੀਅਤ ਹੋਵੇ ਉਹਦੇ ਵਿੱਚ ਉਹ ਕਹਿੰਦੀ ਅਸੀਂ ਆਪਣੇ ਜਿਹੜੇ ਸਾਡੇ ਹੱਕ ਨੇ ਔਰ ਸਾਡਾ ਪੰਜਾਬ ਨੂੰ ਕਿਵੇਂ ਅੱਗੇ ਵਧਾਉਣਾ ਹੈ ਉਹਦੇ ਵਿੱਚ ਉਹ ਜਿਹੜੀ ਫੈਡਰਲ ਸਟਰਕਚਰ ਦੀ ਗੱਲ ਕਰਦੀ ਹੋਵੇ ਹਾਂਜੀ ਮੇਰਾ ਇੱਕ ਇੱਕ ਤੋਂ ਆਖਰੀ ਸਵਾਲ ਹੈ ਤੁਹਾਨੂੰ ਸਾਡੇ ਜਿਹੜੇ ਪਾਕਿਸਤਾਨ ਨਾਲ ਲੰਘੇ ਹੈ ਹੁਸੈਨੀ ਵਾਲਾ ਜਾਂ ਇਧਰ ਅਟਾਰੀ ਵਾਗਾ ਇਹ ਖੋਲਣਾ ਚਾਹੀਦਾ ਹੈ ਇਹਦੇ ਬਾਬਤ ਕੋਈ ਪੋਲਿਟੀਕਲ ਪਾਰਟੀ ਨਹੀਂ ਬੋਲਦੀ ਕਿਉਂ ਨਹੀਂ ਬੋਲਦੀ ਮਿਸਟਰ ਸਿੱਧੂ ਇਹਦੇ ਬਾਰੇ ਗੱਲ ਕਰਦੇ ਆ ਦੇਖੋ ਸਿੱਧੂ ਸਾਹਿਬ ਮੈਂ ਸਮਝਦਾ ਬੜੀ ਉਹਨਾਂ ਦੀ ਕਿਸਮਤ ਚੰਗੀ ਹੈ ਕਿਉਂਕਿ ਜਦਨ ਕਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਇਹਦੀ ਇਨੋਗਰੇਸ਼ਨ ਹੋਈ ਹੈ ਜਿਹੜੀ ਇਹਨਾਂ ਨੇ ਉੱਥੇ ਸਪੀਚ ਦਿੱਤੀ ਹੈ ਔਰ ਜੋ ਇਹਨਾਂ ਨੇ ਇਮਰਾਨ ਖਾਨ ਦੀਆਂ ਉੱਥੇ ਸਿਫਤਾਂ ਦੀ ਪੁੱਲ ਬੰਨੇ ਨੇ ਉਹ ਇਹ ਬਣ ਨਹੀਂ ਰਹੇ ਸੀਗੇ ਹਲੇ ਉਦੋਂ ਤਾਈ ਯੋਧਿਆ ਦੀ ਜਜਮੈਂਟ ਆ ਗਈ ਸੁਪਰੀਮ ਕੋਰਟ ਦੀ ਉਹ ਇੱਥੋਂ ਦੀ ਫੀਡ ਬੰਦ ਹੋ ਕੇ ਸਾਰੀ ਉਧਰ ਚਲੀ ਗਈ ਉਹ YouTube ਤੇ ਮੈਂ ਦੇਖਿਆ ਕੋਈ ਵੀ ਹਿੰਦੁਸਤਾਨ ਦਾ ਲੀਡਰ ਇੱਕ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਇੰਨੇ ਪੁੱਲ ਬੰਨੀ ਜਾਵੇ ਕੁਸੀਂ ਜਦ ਕੀ ਤੁਹਾਨੂੰ ਪਤਾ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਉਹਨਾਂ ਦੀ ਆਰਮੀ ਦੇ ਕੰਟਰੋਲ 'ਚ ਹੈ ਆਰਮੀ ਨੇ ਇਹਨੂੰ ਇਮਰਾਨ ਖਾਨ ਨੂੰ ਜਿਤਾ ਕੇ ਅੱਗੇ ਕੀਤਾ ਹੈ ਉੱਥੇ ਦੀ ਜੱਤਾਂ ਹੀ ਉਹ ਤੈ ਨਹੀਂ ਕਰ ਪਾਉਂਦੇ ਜਿਹੜੀਆਂ ਉਹਨਾਂ ਦੀ ਆਪਣੀ ਇੰਟਰਨਲ ਕਨਟਰਡਿਕਸ਼ਨਸ ਹੈ ਔਰ ਜਿਹੜੀ ਉੱਥੋਂ ਅਤੰਕਵਾਦ ਜੱਤਾਂ ਹੀ ਨਹੀਂ ਰੋਕ ਸਕਦੇ ਪੰਜਾਬ ਤਾਂ ਹੀ ਇਸ ਕਰਕੇ ਮੈਂ ਜਿਹੜਾ ਮਰਮੋਨ ਸਿੰਘ ਦਾ ਫਾਰਮੂਲਾ ਸੀਗਾ ਕਿ ਕਸ਼ਮੀਰ ਦੀ ਜਿਹੜੀ ਬਾਰਡਰ ਹੈ ਲਾਈਨ ਆਫ ਕੰਟਰੋਲ ਉਹਨੂੰ ਅਸੀਂ ਆਣ ਜਾਣ ਉਹਦੇ 'ਚ ਵਧਾ ਦਈਏ ਜੇ ਉਹਦੇ 'ਚ ਵਧਾਓਗੇ ਤਾਂ ਫਿਰ ਪੰਜਾਬ ਤੇ ਕਸ਼ਮੀਰ ਦਾ ਜਿਹੜਾ ਬਾਰਡਰ ਹੈ ਉਹਨੂੰ ਸਖਤ ਕਰਨਾ ਪਊਗਾ ਜੇ ਅਤੰਕਵਾਦ ਜੱਤ ਨਹੀਂ ਹਟਦਾ ਜਾਂ ਤਾਂ ਸਾਰਾ ਹੀ ਬਾਰਡਰ ਸੌਫਟ ਹੋਊਗਾ ਜਾਂ ਫਿਰ ਸਾਰਾ ਹੀ ਬਾਰਡਰ ਹਾਰਡ ਰਹੇਗਾ ਕਿਉਂਕਿ ਅਤੰਕਵਾਦ ਉੱਤੋਂ ਜਾ ਕੇ ਥੱਲੇ ਆ ਸਕਦਾ ਫਿਰ ਦੁਬਾਰਾ ਉਹਨਾਂ ਨਵੀਂ ਚੀਜ਼ ਹੈ ਜਿਹੜੇ ਡਰੋਨਸ ਦੇ ਰਾਸਤੇ ਆ ਰਹੇ ਆ ਤਾਂ ਉਹ ਜੱਤ ਨਹੀਂ ਪਾਕਿਸਤਾਨ 'ਚ ਤਬਦੀਲੀ ਨਹੀਂ ਆਉਂਦੀ ਇਹ ਅਸੀਂ ਇਨਸਿਸਟ ਨਹੀਂ ਕਰ ਸਕਦੇ ਸੋ ਇਸ ਲਈ ਪੰਜਾਬ ਦਾ ਦੇਖੋ ਪੰਜਾਬ ਦਾ ਨੁਕਸਾਨ ਕੀ ਹੋਇਆ ਅਸੀਂ ਲੈਂਡਲੌਕ ਹੋ ਗਏ ਅਸੀਂ ਆਦਰਵਾਇਜ਼ ਟ੍ਰੇਡ ਰੂਟਸ ਜਿਹੜੇ ਸਪਲਾਈ ਦੇ ਰੂਟ ਸੀਗੇ ਸੈਂਟਰਲ ਏਸ਼ੀਆ ਦੇ ਅ ਅਫਗਾਨਿਸਤਾਨ ਦੇ West Asia ਦੇ ਉਹ ਪੰਜਾਬ ਦੇ ਵਿੱਚੋਂ ਚੱਲਦੇ ਸੀ ਲਾਹੌਰ ਦੇ ਵਿੱਚੋਂ ਚੱਲਦੀ ਸੀ ਅੰਮ੍ਰਿਤਸਰ ਲਾਹੌਰ ਜੀਟੀ ਰੋਡ ਸੀ ਜਿਹਦੇ ਉੱਤੋਂ ਟ੍ਰੇਡ ਚੱਲਦਾ ਸੀ ਉੱਪਰੋਂ ਤਜਾਰਤ ਚੱਲਦੀ ਸੀ ਉਹ ਜਦ ਬਾਰਡਰ ਸੀਲ ਹੋ ਗਿਆ ਉਹ ਤਜਾਰਤ ਬੰਦ ਹੋ ਗਈ ਸੋ ਪੰਜਾਬ ਦਾ ਜਿਹੜਾ ਮਾਡਲ ਹੈ ਸਾਨੂੰ ਇਹੋ ਜਿਹਾ ਬਣਾਉਣਾ ਪੈਣਾ ਹੈ ਜਿਹੜਾ ਕੀ ਇਹ ਸੋਚ ਕੇ ਚੱਲੇ ਕਿ ਇਹ ਜੇ ਬੰਦ ਵੀ ਰਹੇ ਜਾਂ ਇਹੀਆਂ ਜੇ ਚੀਜ਼ਾਂ ਹੋਣ ਜਿਹੜੇ ਹਵਾਈ ਰਸਤੇ ਜਾ ਸਕਣ ਟਰੱਕਾਂ ਵਾਲਾ ਤੁਸੀਂ ਇੰਤਜ਼ਾਰ ਨਾ ਕਰੋ ਬਾਰਡਰ ਖੁੱਲੇ ਨਾ ਖੁੱਲੇ ਕੀ ਫਰਕ ਪੈਂਦਾ ਤੁਸੀਂ ਆਪਣੀ ਪ੍ਰੋਡਕਸ਼ਨ ਜਿਹੜੀ ਕਾਸਟ ਐਡੀਸ਼ਨ ਹੈਗੀ ਹੈ ਜਿਹੜੀਆਂ ਚੀਜ਼ਾਂ ਪ੍ਰੋਡਿਊਸ ਕਰੋ ਮਹਿੰਗੀਆਂ ਚੀਜ਼ਾਂ ਬਣਾਓ ਉਹ ਤਾਂ ਕਿ ਹਵਾਈ ਜਹਾਜ਼ ਦੇ ਰਸਤੇ ਉਹ ਜਾ ਸਕਣ ਬਾਰਡਰ ਖੁੱਲੇ ਜਨਾ ਰ ਖੁੱਲੇ ਪੰਜਾਬ ਤੇ ਅਸਰ ਨਾ ਪਵੇ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਚਾਹੁੰਦੇ ਹੋ ਤੁਸੀਂ ਹਮੇਸ਼ਾ ਲੇਕਿਨ ਉਹ ਚੰਗੇ ਰਿਸ਼ਤੇ ਰਿਸ਼ਤੇ ਇਸ ਇੱਕ ਹੱਥ ਨਾਲ ਤਾਲੀ ਨਹੀਂ ਵੱਜ ਸਕਦੀ ਉਹ ਦੋ ਨਾਲ ਵੱਜੇਗੀ ਜੇ ਤੁਸੀਂ ਮੈਂ ਦੇਖਿਆ ਮੈਂ ਉਹਨਾਂ ਨਾਲ ਨੇਗੋਸ਼ੀਏਟ ਕਰਕੇ ਦੇਖਿਆ ਐਗਰੀਮੈਂਟ ਮੈਂ ਤੁਹਾਨੂੰ ਦੱਸਦਾ ਬੜੀ ਇੰਟਰਸਟਿੰਗ ਗੱਲ ਹੈ ਮੈਂ ਲਾਸਟ ਜਿਹੜਾ ਨਿਊਕਲੀਅਰ ਚੀਜ਼ ਤੇ ਇੱਕ ਐਗਰੀਮੈਂਟ ਹੋਇਆ ਹੈ ਸਾਡਾ ਔਰ ਇਹ ਲਾਹੌਰ ਐਗਰੀਮੈਂਟ ਤੋਂ ਆ ਰਿਹਾ ਸੀ ਕਿ ਲਾਸਟ ਹੋਇਆ ਜਦ ਮੈਂ ਐਡੀਸ਼ਨਲ ਸਕੱਟਰੀ ਸੀ ਮੈਂ ਉਹ ਤੇ ਨੈਗੋਸ਼ੀਏਟ ਕਰਨ ਗਿਆ ਉਹਨਾਂ ਦੇ ਨਾਲ ਉਹ ਇਹ ਸੀਗਾ ਜੇ ਕੋਈ ਨਿਊਕਲੀਅਰ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਤਾਂ ਐਕਚੁਅਲੀ ਹੋਣਾ ਨਹੀਂ ਚਾਹੀਦਾ ਲੇਕਿਨ ਜੇ ਜਿਹੜੇ ਉਹਨਾਂ ਕੋਲ ਬੰਬ ਨੇ ਜੇ ਬਾਈ ਚਾਂਸ ਕੋਈ ਯੂ ਨੋ ਅਤੰਕਵਾਦੀ ਲਾ ਕੇ ਭਾਰ ਦਿੰਦਾ ਤਾਂ ਉਹ ਸਾਨੂੰ ਜਾਂ ਕੋਈ ਐਸਾ ਉੱਥੇ ਐਕਸੀਡੈਂਟ ਹੋ ਜਾਂਦਾ ਉਹ ਸਾਨੂੰ ਨੋਟੀਫਾਈ ਕਰਨਗੇ ਸਾਡੇ ਕੋਲ ਹੋ ਜਾਂਦਾ ਉਹ ਅਸੀਂ ਨੋਟੀਫਾਈ ਉਸਤੇ ਐਗਰੀਮੈਂਟ ਸੀ ਮੈਂ ਜਦ ਉਹਨਾਂ ਦੇ ਫੋਰਨ ਆਫਿਸ ਜੋ ਵਿਦੇਸ਼ ਮੰਤਰਾਲੇ ਜੋ ਬਾਹਰ ਨਿਕਲੇ ਕਾਫੀ মিডিਆ ਖੜਾ ਸੀ ਉਹ ਬੜੀ ਤੁਹਾਨੂੰ ਇੰਪੋਰਟੈਂਸ ਨਹੀਂ ਹੈ ਇੰਡੀਆ ਤੋਂ ਜਾਓ ਇੱਕ ਬੰਦਾ ਪਿੱਛੋਂ ਕਹਿੰਦਾ ਕਹਿੰਦਾ ਪਹਿਲਾਂ ਲੜਾਈ ਪਹਿਲੇ ਲੜਾਈ ਕਰਤੇ ਹਨ ਫਿਰ ਇੱਕ ਸਿੱਖ ਕੋ ਭੇਜ ਦਿਤਿਆ ਹਮਾਰੇ ਸਾਥ ਬਾਤ ਕਰਨੇ ਸੋ ਮੈਂ ਰੁਕ ਕੇ ਮੁੜ ਕੇ ਮੈਂ ਕਿਹਾ ਗੱਲ ਸੁਣ ਬਈ ਕਿਉਂ ਨਾ ਭੇਜਣ ਸਿੱਖ ਨੂੰ ਮੈਂ ਕਿਹਾ ਸਾਡਾ ਆਰਮੀ ਚੀਫ ਹੈ ਜਨਰਲ ਜੇ ਜੇ ਸਿੰਘ ਸਾਡਾ ਪ੍ਰਾਈਮ ਮਿਨਿਸਟਰ ਹੈ ਮਨਮੋਨ ਸਿੰਘ ਸਿੱਖ ਅਸੀਂ ਰਾਜ ਕਰ ਰਹੇ ਹਿੰਦੁਸਤਾਨ ਚ ਅੱਛਾ ਐਸਾ ਸ਼ਰਮਿੰਦਾ ਹੋਇਆ ਮੈਂ ਕਿਹਾ ਸਿੱਖਾਂ ਦਾ ਰਾਜ ਹੈ ਉੱਥੇ ਅਸੀਂ ਕਿਉਂ ਨਾ ਗੱਲ ਕਰੀਏ ਤੁਹਾਡੇ ਨਾਲ ਕੇ ਸੋ ਇਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਬੜੀਆਂ ਹੋਈਆਂ ਕਿ ਸਿੱਖ ਸਿੱਖਾਂ ਨੂੰ ਤੋੜ ਲੀਏ ਸਿੱਖਾਂ ਨੂੰ ਕਿਸੇ ਤਰੀਕੇ ਸੋ ਉਹ ਜਿਹੜੀ ਸਿੱਧੂ ਸਾਹਿਬ ਨੇ ਜੱਫੀ ਸੀ ਜਿਹੜੀ ਉਹ ਕੈਪਟਨ ਸਾਹਿਬ ਨੇ ਠੀਕ ਕੀਤਾ ਜੱਫੀ ਪਾਣੇ ਕੋਈ ਬੰਦ ਨਹੀਂ ਸੀ ਉਹ ਫੈਸਲਾ ਉਹਨਾਂ ਨੇ ਆਲਰੇਡੀ ਕਰ ਰਿਆ ਸੀ ਉਹ ਜੀਓ ਸਟ੍ਰੈਟੈਜਿਕ ਫੈਸਲਾ ਹੈ ਉਹਨਾਂ ਦਾ ਉਹ ਕਰਤਾਰਪੁਰ ਕਰਤਾਰਪੁਰ ਸਬ ਕੋਰੀਡੋਰ ਏਸ ਨਹੀਂ ਨਹੀਂ ਖੋਲਿਆ ਕਿ ਸਿੱਖਾਂ ਦੀ ਸਾਡੀ ਜਿਹੜੀ ਕੋਈ ਰਿਲੀਜੀਅਸ ਸੈਂਟੀਮੈਂਟਸ ਉਹਨਾਂ ਦੇ ਖਿਆਲ ਸੀਗੇ ਉਹਨਾਂ ਨੂੰ ਪਤਾ ਸੀਗਾ ਇਹਨੂੰ ਖੋਲ ਕੇ ਘੰਡੀ ਨਾਪ ਸਕਦੇ ਜਦਬੀਨ ਆਪਣੀ ਹੋਵੇ ਨਾਲੇ ਜਿਹੜੇ ਸਿੱਖ ਹੋਣਗੇ ਉਹਨਾਂ ਚੋਂ ਅਸੀਂ ਜੇ ਰਿਕਰੂਟ ਕਰਨੇ ਆ ਉਹਨਾਂ ਨੂੰ ਜੇ ਪ੍ਰਚਾਰ ਕਰਨਾ ਹੈ ਉਹ ਵੱਧ ਸਕਦਾ ਹੈ ਸਾਡਾ ਸੋ ਉਹਨਾਂ ਦੀ ਡਬਲ ਪਾਲਿਸੀ ਹਮੇਸ਼ਾ ਰਹੇਗੀ ਇਹਦੇ ਵਿੱਚ ਤੋਂ ਇਸ ਕਰਕੇ ਇਹ ਕਹਿਣਾ ਕਿ ਜੀ ਬਸ ਹੁਣ ਪਾਕਿਸਤਾਨ ਉਹਨਾਂ ਨੇ ਕਰਤਾਰਪੁਰ ਸਾਹਿਬ ਕਾਰਡਰ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ ਉਹ 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 ਸਾਨੂੰ ਇਤਿਹਾਸ ਨਹੀਂ ਸਿਖਾਉਂਦਾ ਨਾਉਂ ਨੂੰ ਸੋਚਣਾ ਚਾਹੀਦਾ ਕਿਉਂਕਿ ਰਿਸ਼ਤੇ ਬੜੇ ਹੌਲੀ ਹੌਲੀ ਸਿੰਪਲ ਦੇ ਹੁੰਦੇ ਆ ਇੱਕਦਮ ਇੱਕ ਕਾਰਡਰ ਨਾਲ ਮੋਦੀ ਸਾਹਿਬ ਦੇ ਰਹਿਣ ਦਾ ਰਿਸ਼ਤੇ ਸੁਧਰ ਸਕਦੇ ਪਾਕਿਸਤਾਨ ਦੇ ਦੇਖੋ ਮੋਦੀ ਸਾਹਿਬ ਬੜਾ ਮੋਦੀ ਸਾਹਿਬ ਦੀ ਗਲਤੀ ਜਿਹੜੀ ਹੈਗੀ ਹੈ ਇਹ ਨੂੰ ਆਪਣੇ ਇਥੋਂ ਦੀ ਪੋਲਿਟਿਕਸ ਹਿੰਦੁਸਤਾਨ ਦੀ ਸਿਆਸਤ ਚ ਯੂਜ਼ ਕਰ ਰਿਹਾ ਹੈ ਮੈਂ ਉਹ ਦਿਨ ਇੱਕ ਆਰਟੀਕਲ ਲਿਖਿਆ ਤੁਸੀਂ ਪੋਲਸ ਦੇਖੋ ਜਨਵਰੀ 1 ਨੂੰ ਮੋਦੀ ਸਾਹਿਬ ਦੀ ਪਪੂਲੈਰਿਟੀ ਔਰ ਰਾਹੁਲ ਗਾਂਧੀ ਦੀ ਪਪੂਲੈਰਿਟੀ ਵਿੱਚ 8% ਦਾ ਫਰਕ ਸੀ ਸਾਰਾ ਬਜਟ ਆਇਆ ਥੋੜਾ ਜਿਹਾ ਫਰਕ ਪਿਆ ਜਿਹੜਾ ਪੁਲਵਾਮਾ ਦਾ ਅਟੈਕ ਹੋਇਆ ਔਰ ਉਹਦੇ ਬਾਅਦ ਅਸੀਂ ਜਿਹੜੇ ਉੱਥੇ ਬੰਬ ਮਾਰੇ ਉਹਨਾਂ ਦੇ ਉਹਦੇ ਬਾਅਦ ਫਰਕ ਉਹ ਵੱਧ ਕੇ 20 ਜਾਂ 25 ਚਲਾ ਗਿਆ ਇਲੈਕਸ਼ਨ ਹੋਏ ਬਾਅਦ ਆਈ ਜੇ ਉਹ ਤੁਹਾਨੂੰ ਪਾਇਲਟ ਵਾਪਸ ਨਾ ਦਿੰਦੇ ਜੇ ਉਹ ਪਾਇਲਟ ਰੱਖੀ ਰੱਖੇ ਪਾਕਿਸਤਾਨ ਨੇ ਕਦੇ ਸੁਣਿਆ ਕਿ ਪਾਕਿਸਤਾਨ ਵਾਲੇ ਤੁਹਾਨੂੰ ਮਿੰਟਾਂ ਚ ਦੋਆਂ ਦਿਨਾਂ ਚ ਪਾਇਲਟ ਵਾਪਸ ਦੇ ਦੇਣਗੇ ਉਸ ਦਾ 100% ਬੀਜੇਪੀ ਨੂੰ ਫਾਇਦਾ ਹੋਇਆ ਇਲੈਕਸ਼ਨ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੇ ਅਟੈਕ ਫਾਇਦੇ ਲਈ ਕੀਤਾ ਲੇਕਿਨ ਉਹ ਅਟੈਕ ਦਾ ਫਾਇਦਾ ਸਿਰਫ ਨਫਰੀ ਨੰਬਰਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਕਿ ਮੋਦੀ ਸਾਹਿਬ ਦੀ ਪੋਪੂਲਾਰਿਟੀ ਉੱਪਰ ਚਲੀ ਗਈ ਔਰ ਰਾਹੁਲ ਗਾਂਧੀ ਦੀ نیچے ਆ ਗਈ ਹੁਣ ਉਹ ਜੇ ਤੁਸੀਂ ਆਪਣੇ ਤੁਹਾਨੂੰ ਇਹ ਲਾਲਚ ਰਹੇਗਾ ਕਿ ਬੰਗਲਾਦੇਸ਼ ਦੀ ਦੇ ਨਾਲ ਜੇ ਰਿਸ਼ਤੇ ਬਣਾਉਣੇ ਆ ਜਾਂ ਜੇ ਵੈਸਟ ਬੰਗਾਲ ਚ ਇਲੈਕਸ਼ਨ ਹੋਣੀਆਂ ਫਿਰ ਟਰਮਾਈਟਸ ਤੇ ਉਹਨਾਂ ਨੂੰ ਅ ਬੰਗਲਾਦੇਸ਼ੀਆ ਨੂੰ ਕਹਿਣਾ ਸ਼ੁਰੂ ਕਰ ਦੋ ਤੇ ਜੇ ਤੁਸੀਂ ਆਪਣੀ ਇਥੋਂ ਦੀ ਪੋਲਿਟਿਕਸ ਐਸੋ ਇਥੋਂ ਦੀ ਸਿਆਸਤ ਦੇ ਵਿੱਚ ਵਿਦੇਸ਼ ਨੀਤੀ ਨੂੰ ਨਹੀਂ ਲੈਣਾ ਚਾਹੀਦਾ ਉਹਦਾ ਫਾਇਦਾ ਉਠਾਣ ਲਈ ਕੁਝ ਫਾਇਦਾ ਤਾਂ ਹਰੇਕ ਪ੍ਰਧਾਨ ਮੰਤਰੀ ਉਠਾਉਂਦਾ ਹੈ ਲੇਕਿਨ ਇਹਨਾਂ ਨੂੰ ਜੇ ਤੁਸੀਂ ਮਲਾਲ ਹੋਗੇ ਫਿਰ ਉਹਦੇ ਨਾਲ ਨਾ ਤਾਂ ਉਹ ਦੇਸ਼ ਨਾਲ ਰਿਸ਼ਤੇ ਠੀਕ ਚੱਲਣਗੇ ਨਾ ਤੁਹਾਡੀ ਪੋਲਿਟਿਕਸ ਠੀਕ ਚੱਲੂਗੀ ਚਲੋ ਬਹੁਤ ਧੰਨਵਾਦ ਕੇਸ ਸਿੰਘ ਜੀ ਮੈਂ ਤਾਂ ਤੁਹਾਡੇ ਤੋਂ ਬੜੇ ਸਵਾਲ ਲੈਣਾ ਚਾਹੁੰਦਾ ਹੋਰ ਵੀ ਪਰ ਵਕਤ ਇਜਾਜ ਦਿੰਦੇ ਰਹੇ ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪਹਿਲੀ ਵਾਰ ਆਏ ਬੜਾ ਸੁਨੇਹ ਸੀ ਤੁਹਾਡੀ ਚੈਨਲ ਦਾ ਅ ਇਹਨਾਂ ਕੇਸਿਸ ਨੇ ਜਿਹੜੇ ਆਦੇ ਬੇਵਾਕੀ ਲਈ ਜਾਣੇ ਜਾਂਦੇ ਆ ਜਿਨ੍ਹਾਂ ਨੇ ਪੰਜਾਬ ਦੀ ਪੋਲਿਟਿਕਸ ਦਾ ਨਿਤਾਰਾ ਕੀਤਾ ਉਹਦੇ ਬਾਰੇ ਆਪਦੀ رائے ਰੱਖੀ ਹੈ ਇਸ ਤੋਂ ਇਲਾਵਾ ਦੇਸ਼ ਦੀ ਪੋਲਿਟਿਕਸ ਬਾਰੇ رائے ਰੱਖੀ ਹੈ ਵਿਦੇਸ਼ ਨੀਤੀ ਬਾਰੇ رائے ਰੱਖੀ ਹੈ ਕਿਸਾਨ ਸੰਘਰਸ਼ ਬਾਰੇ رائے ਰੱਖੀ ਹੈ ਉਹਨਾਂ ਦੇ ਆਪਦੇ ਵਿਚਾਰ ਆ ਇਹਨਾਂ ਵਿਚਾਰਾਂ ਨਾਲ ਤੁਸੀਂ ਕਿੰਨਾ ਸਹਿਮਤ ਹੋ ਇਹ ਤੁਹਾਡੇ ਤੇ ਨਿਰਪੱਖ ਕਰਦਾ ਹੈ ਪਰ ਇਸ ਵਕਤ ਫੈਡਰਲ ਸਟਰਕਚਰ ਦਾ ਮੁੱਦਾ ਬਹੁਤ ਵੱਡਾ ਹੈ ਸੰਘੀ ਢਾਂਚੇ ਦਾ ਮੁੱਦਾ ਬਹੁਤ ਵੱਡਾ ਹੈ ਤੇ ਇਹਨੂੰ ਗ੍ਰਾਮ ਸਭਾਵਾਂ ਤੱਕ ਕਿਵੇਂ ਲਜਾਇਆ ਜਾਵੇ ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਜ਼ਰੂਰ ਥੈ ਕਿ ਹੈ ਕੇਂਦਰ ਵਿੱਚ ਜਿਹੜੀਆਂ ਵੀ ਤਾਕਤਾਂ ਹੁੰਦੀਆਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਆਈਆਂ ਉਹਨਾਂ ਨੇ ਸੰਗੀਟਾਂ ਚੇ ਨਾਮ ਤੇ ਸੰਗ ਕੁੱਟਿਆ ਸੂਬਿਆਂ ਤੇ ਇਸ ਬਾਰੇ ਸਾਨੂੰ ਗੰਭੀਰਤਾ ਨਾਲ ਸੋਚਣ ਜ਼ਰੂਰ ਥੈ ਕਿ ਹੈ ਤੇ ਜਿਹੜਾ ਇਹਨਾਂ ਨੇ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਜ਼ਰੂਰ ਥੈ ਕਿ ਹੈ ਪੰਜਾਬ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਕਾਲ ਤਲ ਹੈ ਪਰ ਉਹ ਕਿੰਨਾ ਖੇਤਰ ਲਈ ਕੰਮ ਕਰ ਰਿਹਾ ਜਾਂ ਕਿੰਨਾ ਪੰਜਾਬ ਲਈ ਕੰਮ ਕਰਦਾ ਚਿੰਨੇ ਪੰਜਾਬ ਦੇ ਮੁੱਦੇ ਉਚੱਕਦਾ ਪਿਆ ਸਵਾਲ ਬਹੁਤ ਸਾਰੇ ਹੈ ਪੰਜਾਬ ਬਦਲਾ ਮੰਗਦਾ ਪੰਜਾਬ ਵਿੱਚ ਖਲਾ ਪਰੇ ਬਦਲਾਪ ਕਿਵੇਂ ਹੋਵੇਗਾ ਸਵਾਲ ਹੀ ਹੈ ਬਹੁਤ ਵੱਡਾ